ਜਦੋਂ ਤੁਸੀਂ ਗਾਣੇ ਬਣਾਉਂਦੇ ਹੋ, ਰਿਲੀਜ਼ ਹੋਣ ਤੋਂ ਪਹਿਲਾਂ ਕਿਹਨੂੰ ਸੁਣਾਉਂਦੇ ਹੋ? ਆਪਣੇ ਆਪ ਹੀ ਸੁਣਦੇ ਹਾਂ, ਹੋਰ ਤਾਂ ਕਿਸੇ ਨੂੰ ਟੀਮ ਨਹੀਂ। ਤੁਸੀਂ ਜਦੋਂ ਨੌਨ ਵੈਜ ਤੋਂ ਵੈਜੀਟੇਰੀਅਨ, ਜੇ ਤੁਸੀਂ ਨੌਨ ਵੈਜ ਛੱਡਿਆ, ਤੁਸੀਂ ਹਾਰਡ ਕੋਰ ਨੌਨ ਵੈਜੀਟੇਰੀਅਨ, ਉਹ ਕੀ ਹੋਇਆ ਸੀਗਾ? ਪਹਿਲੇ ਮੈਂ ਆਪਣੇ ਆਪ ਕੋ ਤਾਂ ਜਾਣ ਲਈ, ਤੂੰ ਕੌਣ ਹੈ? ਤੈਨੂੰ ਤਾਂ ਆਪਣੇ ਬਾਰੇ ਮੈਂ, ਆਪ ਜਾਣ ਸਕਦੇ ਹੋ ਆਪ ਕੌਣ ਹੋ? ਹਮ ਜਾਣ ਸਕਦੇ, ਹਮ ਕਭੀ ਲਾਈਫ ਮੈਂ ਨਹੀਂ ਜਾਣ ਸਕਦੇ। ਅਗਰ ਹਮ ਆਪਣੇ ਆਪ ਕੋ ਹੀ ਜਾਣ ਗਏ ਤਾਂ ਅਸੀਂ ਤਾਂ ਮਹਾਂਪੁਰਸ਼ ਬਣ ਜਾਵਾਂਗੇ ਭਾਜੀ। ਵੀ ਕੈਨ ਨੈਵਰ, ਹਮ ਜਾਣ ਸਕਦੇ ਹੈ ਪਰ ਉਹ ਕਿੱਦਾਂ ਜਾਣਾਂਗੇ? ਦੈਨ ਵੀ ਹੈਵ ਟੂ ਡੂ ਦਾ ਸਾਧਨਾ ਫੋਰ ਦੈਟ। ਜਿਮਨੀ ਪ੍ਰਜੈਂਟਸ ਦਾ ਜਗਦੀਪ ਸਿੱਧੂ ਸ਼ੋਅ, ਕੋ ਪਾਵਰਡ ਬਾਏ ਬਿੰਗੋ ਟੇਡੇ ਮੇਡੇ ਐਂਡ ਆਸ਼ਾ ਕਿਰਨ IVF, ਮੋਬਾਈਲ ਪਾਰਟਨਰ ਟੈਕਨੋ ਮੋਬਾਈਲ। ਇੰਨਾ ਕੁਛ ਅਚੀਵ ਕਰਨ ਤੋਂ ਬਾਦ ਐਜ਼ ਏ ਸਿੰਗਰ ਤੁਸੀਂ ਜੋ ਫਿਲਹਾਲ ਤੱਕ ਤੁਹਾਡੀ ਜਰਨੀ ਆਈ, ਸੋ ਉਸ ਫਾਦਰ ਦਾ ਕੀ ਰਿਐਕਸ਼ਨ ਸੀ ਜਿਹਨੇ ਕਿਹਾ ਸੀ ਵੀ ਸਾਡੇ ਕੋਲ ਪੈਸੇ ਨਹੀਂ ਗੇ ਤੈਨੂੰ ਲਾਂਚ ਕਰਨ? That was an initial time, but now I wish, you know what, ke main emotional nahi hona chahunda bhai, kyun kar rahe ho sir, you know what, matlab ke main naya ghar banaya aur main make sure kita ode andar ke we'll stay together jidda pa rehnde si, ਕਿਉਂਕਿ ਛੋਟੇ ਘਰ ਮੇ ਰਹਿਤੇ ਥੇ ਅਭੀ ਹਮ, ਬੜਾ ਘਰ ਬਣਾਇਆ ਭਗਵਾਨ ਕੀ ਦਇਆ ਸੇ, ਵੀ ਇਹ ਮੰਮੀ ਡੈਡੀ ਦਾ ਰੂਮ, ਇਹ ਸਭ ਕੁਛ। ਮੈਨੂੰ ਲੱਗਦਾ ਮੈਂ ਜਦ ਤੋਂ ਲਿੱਤਾ ਉਹਨਾਂ ਨੇ, ਮਤਲਬ ਕਿ ਔਰ ਮੈਂ ਸਾਰਾ ਕੁਛ ਮੈਂ ਉੱਦਾਂ ਦਾ ਲਿੱਤਾ ਕਿ ਦੈਟ ਹੀ ਵਿਲ ਵੋਕ ਹੇਅਰ, ਉਹਨਾਂ ਨੇ ਰੋਜ਼ ਸੈਰ ਕਰਨੀ ਹੁੰਦੀ ਹੈ, ਦੈਟ ਇਹ ਗਾਰਡਨ 'ਚ ਸੈਰ ਕਰਨਗੇ, ਇੱਥੇ ਜਾਣਗੇ, ਉੱਥੇ ਜਾਣਗੇ, ਬਟ ਨਹੀਂ ਹੋ ਪਾਇਆ ਨਾ। ਉਹ ਦੇਖ ਵੀ ਨਹੀਂ ਪਾਏ ਕਿ ਕਿੱਦਾਂ ਬਣ ਪਾਇਆ, ਈਵਨ ਚਾਚਾ ਆਲਸੋ, ਕਿ ਉਹਨਾਂ ਦੋਨਾਂ ਨੇ ਨਹੀਂ ਦੇਖਿਆ ਬਣਾ। ਡੈਡੀ ਨੇ ਮੇਰੀ ਸਕਸੈਸ ਦੇਖੀ 100%, ਹੀ ਵਾਜ਼ ਹੈਪੀ, ਬਟ ਉਹ ਕਦੀ ਜ਼ਾਹਿਰ ਨਹੀਂ ਕਰਦੇ ਸੀਗੇ। ਔਰ ਮੈਨੂੰ ਲੱਗਦਾ ਕਿ ਅੱਛੀ ਗੱਲ ਹੈ ਕਿ ਉਹਨਾਂ ਨੇ ਸ਼ੁਰੂ ਤੋਂ ਮੈਨੂੰ ਸਿਖਾਇਆ ਵੀ ਨਹੀਂ। ਹੀ ਸੈਡ ਕਿ ਮੇਰਾ ਨਾਮ ਲੈ ਕੇ ਨਹੀਂ ਅੱਗੇ ਜਾਣਾ, ਚੇਂਜ ਯੋਰ ਨੇਮ, ਅਦਰਵਾਈਜ਼ ਲੋਕ ਤੈਨੂੰ ਬੋਲਣਗੇ ਉਹਨਾਂ ਦਾ ਮੁੰਡਾ, ਉਹ ਇੱਦਾਂ ਆ ਗਿਆ ਹੋਣਾ, ਉੱਦਾਂ ਆ ਗਿਆ ਹੋਣਾ, ਨੋ, ਚੇਂਜ ਯੋਰ ਨੇਮ। ਮੈਂ ਉਹਨਾਂ ਨੂੰ ਪੁੱਛਦਾ ਸੀਗਾ ਵੀ ਇਹ ਕਿੱਦਾਂ ਹੋਏਗਾ, ਡੋਂਟ ਆਸਕ ਮੀ, ਆਪਣੇ ਆਪ ਦੇਖੋ, ਅਸੀਂ ਜ਼ਿੰਦਗੀ 'ਚ ਆਪਣੇ ਆਪ ਕੀਤਾ, ਤੁਸੀਂ ਆਪਣੇ ਆਪ ਕਰੋ। ਬਟ ਮੇਰਾ ਚਾਚਾ ਬਹੁਤ ਜ਼ਾਹਿਰ ਕਰਦਾ ਸੀਗਾ, ਹੀ ਵਾਜ਼ ਸੋ ਹੈਪੀ ਦੈਟ ਮੈਂ ਉਹ ਟਾਈਮ ਦੇਖ ਰਿਹਾ ਜਦੋਂ ਅਸੀਂ ਹੋਰ ਡ੍ਰੀਮ ਲਿੱਤਾ ਸੀਗਾ ਵੀ ਤੂੰ ਇੰਨਾ ਉਹ ਬਣ ਜਾਏਗਾ ਲਾਈਫ ਦੇ ਵਿੱਚ, ਵੀ ਨੈਵਰ ਥੋਟ, ਬਟ ਆਈ ਥਿੰਕ ਐਂਡ ਮੈਨੂੰ ਲੱਗਦਾ ਕਿ ਅੱਜ ਜੇ ਉਹ ਦੇਖਦੇ ਹਨ, ਦੈਟ ਵਾਜ਼ ਅ ਵੈਰੀ ਡਿਫਰੈਂਟ ਟਾਈਮ। ਇਹ ਮੈਨੂੰ ਸਾਰੀ ਉਮਰ ਇਸ ਚੀਜ਼ ਦਾ ਕੰਮ ਰਹੇਗਾ, ਸਾਰੀ ਉਮਰ, ਕਿ ਉਹ ਦੋਨੋਂ ਹੀ ਉਸ ਘਰ 'ਚ ਨਹੀਂ ਆ ਸਕੇ, ਸਾਰੀ ਉਮਰ।
ਬਟ ਚਾਚਾ ਜੀ ਨੂੰ ਉਹਨਾਂ ਨੂੰ ਤਾਂ ਅਸੀਂ ਵੀ ਮਿਲੇ ਹਾਂ, ਅਤੇ ਜੋ ਤੁਸੀਂ ਕਿਹਾ ਕਿ ਇੰਡਸਟਰੀ ਦੇ ਉਹਨਾਂ ਨੇ ਉਸ ਦੌਰ ਦੇ ਹਰ ਸਿੰਗਰ ਨਾਲ ਕੰਮ ਕਰਿਆ, ਬਟ ਉਹ ਅਗੇਨ ਜਦੋਂ ਉਹ ਉੱਥੇ ਅਸੀਂ ਜਾਂਦੇ ਹੁੰਦੇ ਸੀ, ਉੱਥੇ ਹੁੰਦੇ ਸੀ ਉਹ, ਤਾਂ ਉਹਨਾਂ ਨੇ ਫਿਰ ਤੋਂ ਉਹ ਦੌਰ ਦੇਖਿਆ ਕਿ ਇੰਡਸਟਰੀ ਦਾ ਹਰ ਇੱਕ ਸਿੰਗਰ ਫਿਰ ਆ ਰਿਹਾ ਉਸ ਘਰ। ਵਨ ਆਫ ਦਾ ਬਿਗੈਸਟ ਸਿੰਗਰ ਸਰ, 100% ਹਿਸਟਰੀ ਰਿਪੀਟ, ਬਟ ਮੈਨੂੰ ਲੱਗਦਾ ਕਿ ਅੱਜ ਮੈਂ ਤੁਹਾਨੂੰ ਇਹ ਗੱਲ ਬੋਲ ਰਿਹਾ, ਦਿਸ ਇੰਡਸਟਰੀ ਨੈਵਰ ਨੈਵਰ ਐਵਰ ਟਾਕਡ ਅਬਾਊਟ ਮਾਈ ਫਾਦਰ, ਮਾਈ ਚਾਚਾ, ਦੇ ਟਾਕਡ ਅਬਾਊਟ ਰੈਂਡਮ ਮਿਊਜ਼ਿਕ ਡਾਇਰੈਕਟਰਸ। ਮੈਂ ਸ਼ਰੇਆਮ ਬੋਲ ਰਿਹਾ ਤੁਹਾਨੂੰ, ਨੋ ਵਨ ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਐਡੇ ਵੱਡੇ ਗਾਣੇ ਦਿੱਤੇ, ਇੰਨੇ ਵੱਡੇ ਗਾਣੇ, ਬਟ ਦਿਸ ਇੰਡਸਟਰੀ ਉਹਨਾਂ ਨੇ ਭੁੱਲ ਗਏ ਉਹਨਾਂ ਨੂੰ, ਬਟ ਹੀ ਵਾਜ ਮੇਕਿੰਗ ਮੀ ਦੈਟ ਇਹ ਸਾਰੀ ਜ਼ਿੰਦਗੀ ਰਹੇ। ਬਟ ਦਿਸ ਇੰਡਸਟਰੀ ਉਹ ਜਿੱਦਾਂ ਮਰਜ਼ੀ ਮੈਂ ਬਟ ਮੈਨੂੰ ਲੱਗਦਾ ਕਿ ਰੱਬ ਨੇ ਮੈਨੂੰ ਉਸ ਕਾਬਿਲ ਬਣਾਇਆ ਕਿ ਟੈਲ ਦੈਟ ਇੰਡਸਟਰੀ ਦੈਟ ਹੂ ਆਰ ਯੂ, ਔਰ ਆਪ ਯਹਾਂ ਪੇ ਕੈਸੇ ਆਏ ਹੋ, ਔਰ ਆਪ ਕਿਸ ਫੈਮਿਲੀ ਸੇ ਆਏ ਹੋ। ਵੀ ਆਰ ਦਾ ਓਲਡੈਸਟ ਪੰਜਾਬੀ ਇੰਡਸਟਰੀ ਫੈਮਿਲੀ ਸਰ, ਮਿਊਜ਼ਿਕ ਫੈਮਿਲੀ, ਮਿਊਜ਼ੀਕਲ ਫੈਮਿਲੀ। ਇਹ ਕਿਸੇ ਨੂੰ ਹੁਣ ਇਹ ਮੈਂ ਪਹਿਲੀ ਵਾਰੀ ਦੱਸ ਰਿਹਾ ਕਿਸੇ ਇੰਟਰਵਿਊ ਦਾ, ਵੀ ਆਰ ਦਾ ਓਲਡੈਸਟ। ਔਰ ਮੈਂ ਦੇਖਦਾ, ਹਾਲਾਂਕਿ ਵੀ ਡੋਂਟ ਨੀਡ ਅਵਾਰਡਸ, ਅਵਾਰਡਸ ਮਤਲਬ ਕਿ ਆਡੀਅੰਸ ਹਮਾਰਾ ਅਵਾਰਡ ਹੈ, ਬਟ ਆਈ ਸੀ ਇਨ ਦਿਸ ਇੰਡਸਟਰੀ ਆਪ ਕਿਸ ਕਿਸ ਕੋ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਰਹੇ ਹੋ, ਜਿਨ ਕੋ ਮੈਂ ਮੇਰੇ ਕੋ ਲੱਗਤਾ ਹੈ ਕਿ ਹਮਨੇ ਵੀ ਕਭੀ ਇਤਨਾ ਨਹੀਂ ਦੇਖਾ, ਬਟ ਯੂ ਆਰ ਨਾਟ ਗਿਵਿੰਗ ਮਾਈ ਫਾਦਰ, ਯੂ ਨਾਟ ਗਿਵਿੰਗ ਮਾਈ ਚਾਚਾ ਹੂ ਗੇਵ ਦ ਵਨ ਆਫ ਦ ਬੈਸਟ। ਹਾਂ, ਯੂ ਡੋਂਟ ਵਾਂਟ ਅਵਾਰਡਸ, ਬਟ ਯੈਸ ਆਈ ਵਰਕਡ ਫੋਰ ਇਟ, ਇਹ ਮੇਰੇ ਦਿਲ 'ਚ ਸੀਗੀ ਗੱਲ, ਬਟ ਯੈਸ ਆਈ ਵਾਂਟ ਟੂ ਸ਼ੋ ਦੈਟ ਨੋ ਐਨੀਥਿੰਗ ਕੈਨ ਹੈਪਨ। ਕਿੰਨੀ ਦੇਰ ਮੈਂ ਇਹ ਨਹੀਂ, ਕਿਸੇ ਨੂੰ ਨਹੀਂ ਪਤਾ ਸੀਗਾ ਦੈਟ ਆਈ ਬਿਲੋਂਗ ਟੂ ਦਿਸ ਫੈਮਿਲੀ, ਕਿੰਨੀ ਦੇਰ ਨਹੀਂ ਪਤਾ ਸੀਗਾ। ਅਵਾਰਡ ਤੋਂ ਨੈਸ਼ਨਲ ਅਵਾਰਡ ਤੁਹਾਡਾ, ਸੋ ਕਿੱਥੇ ਸੀ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਨੂੰ ਨੈਸ਼ਨਲ ਅਵਾਰਡ ਮਿਲ ਰਿਹਾ? ਜਦ ਮੈਂ ਨੈਸ਼ਨਲ ਅਵਾਰਡ ਮੈਨੂੰ ਮਿਲਿਆ, ਮੈਂ ਉਸ ਜਗ੍ਹਾ 'ਤੇ ਥਾ ਜਹਾਂ ਮੇਰੇ ਪ੍ਰਾਣ ਬਸਤੇ ਹੈ, ਪਰ ਇਹ ਤਾਂ ਤੁਹਾਨੂੰ ਪਤਾ ਮੇਰੇ ਪ੍ਰਾਣ ਕਿੱਥੇ ਵੱਜਦੇ। ਸੋ ਮੈਂ ਬਰਸਾਨਾ ਦੇ ਵਿੱਚ ਸੀਗਾ, ਵਰਿੰਦਾਵਨ, ਹੋਲੀਆਂ ਦਾ ਟਾਈਮ ਸੀਗਾ, ਔਰ ਮਯੂਰੀ ਜੋ ਹਮਾਰੀ ਮੈਨੇਜਮੈਂਟ ਸਾਰੇ ਸੰਭਾਲਦੀ ਹੈ, ਸੋ ਮਯੂਰੀ ਕਿ ਮੇਰੇ ਕੋਲ ਬਹੁਤ ਕਾਲਜ਼ ਆਏ, ਨਿਖਿਲ ਦੇ ਕਾਲਜ਼ ਆਏ, ਅਜ਼ੀਮ ਦੇ ਕਾਲ ਰਹੇ। ਸੋ ਸਭਸੇ ਪਹਿਲੇ ਮੈਂ ਮਯੂਰੀ ਕੋ ਹੀ ਕਾਲ ਬੈਕ ਕਰਾਂ, ਤੋ ਫੋਨ ਹਮ ਰੱਖ ਕੇ ਜਾਤੇ ਉੱਪਰ ਮੱਥਾ ਟੇਕਣ ਜਾਂਦੇ ਸੀਗੇ ਅਤੇ ਫੋਨ ਰੱਖ ਕੇ ਜਾਂਦੇ ਸੀਗੇ ਥੱਲੇ, ਕਿਉਂਕਿ ਬਹੁਤ ਰੰਗ ਰੁੰਗ ਪੈਂਦਾ ਹੋਲੀਆਂ 'ਚ ਗਏ ਸੀਗੇ। ਭਾਅ ਜੀ ਨਿਊਜ਼ ਦੇਖੋ, ਕਿਆ ਹੋ ਗਿਆ? ਭਾਅ ਜੀ ਨੈਸ਼ਨਲ ਅਵਾਰਡ ਮਿਲ ਗਿਆ ਆਪਕੋ, ਨੈਸ਼ਨਲ ਅਵਾਰਡ, ਨੈਸ਼ਨਲ ਅਵਾਰਡ ਮਿਲ ਗਿਆ, ਕਿਸ ਕੋ ਮਿਲਾ ਨੈਸ਼ਨਲ ਅਵਾਰਡ? ਤੇਰੀ ਮਿੱਟੀ ਗਾਣੇ ਕੋ, ਮੈਂ ਗਾਣੇ ਕੋ ਮਿਲਾ, ਨਹੀਂ ਆਪਕੋ ਸਿੰਗਿੰਗ ਕੇ ਲੀਏ ਮਿਲਾ ਹੈ ਔਰ ਗਾਣੇ ਕੋ ਵੀ ਮਿਲਾ, ਦੈਟਸ ਇੰਪੋਸੀਬਲ, ਬਟ ਨੋ ਦੈਟ ਇਜ਼ ਪੋਸੀਬਲ।
ਐਂਡ ਮੈਨੂੰ ਲੱਗਦਾ ਕਿ ਮੈਨੂੰ ਉਹ ਹਾਰਡ ਵਰਕ ਐਂਡ ਮਾਈ ਬਿਲੀਵ ਇਨ ਗੋਡ, ਸਾਡੀ ਟੀਮ, ਐਵਰੀ ਵਨ ਹੂ ਬਿਲੀਵਡ ਮੀ, ਇਹਦਾ ਮੈਂ ਸਾਰੀ ਟੀਮ ਨੂੰ ਥੈਂਕਸ ਕਰਦਾ, ਐਂਡ ਦੈਟ ਵਾਜ਼ ਦਾ ਮੂਮੈਂਟ ਭਾਜੀ। ਔਰ ਮੈਂ ਰਾਧਾ ਰਾਣੀ ਦੇ ਦਰਸ਼ਨ ਕਰਕੇ ਆਇਆ ਸੀ, ਮੈਂ ਕਿਹਾ ਵੀ ਮੈਂ ਰਾਧਾ ਰਾਣੀ ਕਿਆ ਹੀ ਹੋ ਆਪ, ਕਿਆ ਹੀ ਹੋ ਆਪ, ਠਾਕੁਰ ਜੀ ਕਿਆ ਹੋ ਆਪ, ਆਪ ਕੁਛ ਵੀ ਕਰਾ ਸਕਤੇ ਹੋ ਇਸ ਜ਼ਿੰਦਗੀ ਮੈਂ, ਜੋ ਨਾ ਵੀ ਹੋ ਵੋ ਵੀ ਕਰਾ ਸਕਤੇ ਹੋ। ਔਰ ਯੇ ਇਸਕਾ ਬਹੁਤ ਬੜਾ ਇਗਜ਼ਾਮਪਲ ਹੂੰ ਮੈਂ, ਬਹੁਤ ਵੱਡਾ ਇਗਜ਼ਾਮਪਲ। ਆਈ ਥਿੰਕ ਆਪਕੋ ਆਪਣੇ ਉੱਪਰ ਤੋ ਟਰਸਟ ਰੱਖਣਾ ਹੀ ਚਾਹੀਏ, ਬਟ ਆਪਕੋ ਉਸਕੇ ਉੱਪਰ ਸਭਸੇ ਜ਼ਿਆਦਾ ਰੱਖਣਾ ਚਾਹੀਏ। ਔਰ ਮੇਰੀ ਜ਼ਿੰਦਗੀ ਇਹਨਾਂ ਚੇਂਜ ਕਰੀ ਹੈ, ਜ਼ਿੰਦਗੀ ਚੇਂਜ ਕਰਦੀ ਹੈ। ਦੈਟ ਨੈਸ਼ਨਲ ਅਵਾਰਡ, ਔਰ ਮੈਂ ਲੈਣ ਗਿਆ ਨੈਸ਼ਨਲ ਅਵਾਰਡ, ਮੇਰੇ ਬੜੇ ਪਿਆਰੇ ਦੋਸਤ ਹੈ ਸੋਨੂੰ ਠੁਕਰਾਲ, ਬਹੁਤ ਪਿਆਰੇ ਦੋਸਤ, ਉਹ ਮੇਰੇ ਨਾਲ ਗਏ, ਕੋਈ ਵੀ ਨਹੀਂ ਸੀ। ਹੀ ਵਾਜ਼ ਸੋ ਹੈਪੀ ਐਵਰੀ ਵਨ, ਐਂਡ ਮੈਂ ਉੱਥੇ ਬੈਠਾ ਨੈਸ਼ਨਲ ਅਵਾਰਡ ਲੈ ਰਿਹਾ, ਲੱਗੇ ਆਈ ਕੁਡਨਟ ਬਿਲੀਵ ਸਰ। ਉਹ ਮੂਮੈਂਟ ਮੈਂ ਲਾਈਫ ਦੇ ਵਿੱਚ ਕਦੇ ਨਹੀਂ ਭੁੱਲ ਸਕਦਾ। ਆਈ ਐਮ ਰੀਅਲੀ ਰੀਅਲੀ ਬਲੈਸਡ ਵਿਦ ਦ ਬਿਗੈਸਟ ਸੌਂਗਸ, ਬਿਗੈਸਟ ਟੀਮ, ਬਲੈਸਡ ਟੀਮ, ਜਿਨ੍ਹਾਂ ਨੇ ਅੱਜ ਤੱਕ ਮੇਰੇ ਨਾਲ ਕੰਮ ਕੀਤਾ, ਜਿਨ੍ਹਾਂ ਨੇ ਮੇਰੇ ਲਈ ਕੰਮ ਕੀਤਾ। ਔਰ ਇਹ ਬਹੁਤ ਵੱਡੀ ਚੀਜ਼ ਹੈ ਭਾਅ ਜੀ, ਮਤਲਬ ਕਿ ਤੁਸੀਂ ਜੇ ਉਸ 'ਤੇ ਭਰੋਸਾ ਰੱਖਦੇ ਹੋ ਨਾ, ਉਹ ਸਭ ਕੁਝ ਕਰਾ ਦੇਗਾ। ਆਪ ਕਰੋ ਤਾਂ ਸਹੀ, ਉਹ ਲੋਕ ਕਰਤੇ ਨਹੀਂ ਹੈ, ਕਿਉਂ ਨਹੀਂ ਕਰਦੇ ਇਹ ਮੈਨੂੰ ਸਮਝ ਨਹੀਂ ਆਉਂਦਾ। ਹਮਾਰੀ ਤੋਂ ਸਭ ਕੁਛ ਹੈ, ਵੋ ਸਭ ਕੁਛ ਏ ਟੂ ਜ਼ੈਡ ਹਮਾਰੇ ਤੋਂ, ਘਰ ਕੀ ਦਿਨ ਉਨ੍ਹੀਂ ਸੇ ਸਟਾਰਟ ਹੋਤਾ ਹੈ, ਉਨ੍ਹੀਂ ਪੇ ਖਤਮ ਹੋਤਾ ਹੈ, ਲਾਈਫ ਉਨਸੇ ਸਟਾਰਟ ਹੋਤੀ ਹੈ, ਲਾਈਫ ਉਨ ਪੇ ਖਤਮ ਹੈ। ਤੋ ਘਰ ਸੇ ਜਾ ਰਹੇ ਹੈ ਤੋ ਉਨਕੋ ਬੋਲ ਕੇ ਜਾਤੇ ਹੈ ਕਿ ਠਾਕੁਰ ਜੀ ਰਾਧਾ ਰਾਣੀ ਜਾ ਰਹੇ ਹੈ, ਦੇਖ ਲੈਣਾ, ਆ ਰਹੇ ਹੈ, ਆ ਗਏ ਹੈ, ਖਾਣਾ ਹੋ ਪੀਣਾ ਹੋ ਕੁਛ ਵੀ ਹੋ, ਘਰ ਆਪਕਾ, ਫਰਿੱਜ ਆਪਕਾ, ਅਗਰ ਹਮ ਲੇਟ ਹੋ ਜਾਏ ਆਪ ਖੁਦ ਖਾ ਲੈਣਾ, ਇਹ ਨਹੀਂ ਹੈ ਹਮਾਰੇ ਸਰ ਘਰ ਕਾ, ਯਹੀ ਮੈਂ ਆਪਣੇ ਬੱਚੋਂ ਮੈਂ ਡਾਲ ਰਹਾ ਹੂੰ, ਮੇਰਾ ਬੇਟਾ ਵੀ ਯਹੀ ਦੇਖਤਾ, ਜੋ ਦੇਖੇਗਾ ਵੋ ਸਿੱਖੇਗਾ। ਹਰ ਇੱਕ ਪੇਰੈਂਟਸ ਨੂੰ ਆਪਣੇ ਕਲਚਰ ਨਾਲ ਬੱਚੇ ਨੂੰ ਜੋੜਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ। ਦੈਟ ਵਿਲ ਗਿਵ ਹਿਮ ਦਾ ਕੌਨਫੀਡੈਂਸ ਇਨ ਲਾਈਫ ਦੈਟ ਯੈਸ ਆਈ ਹੈਵ ਮਾਈ ਪੇਰੈਂਟਸ ਵਿਦ ਮੀ, ਆਈ ਹੈਵ ਮਾਈ ਗੋਡ ਵਿਦ ਮੀ, ਮੇਰੇ ਭਗਵਾਨ ਮੇਰੇ ਸਾਥ ਹੈ। ਤੋ ਲਾਈਫ ਮੈਂ ਕੁਛ ਵੀ ਹੋ, ਆਈ ਵਿਲ ਟੈਲ ਹਿਮ ਦੈਟ ਆਈ ਵਾਂਟ ਦਿਸ, ਮੰਗੋ ਵੋ ਦੇਗਾ, ਕੋ ਮੰਗਣਾ ਵੀ ਤੋ ਆਉਣਾ ਚਾਹੀਏ। ਆ ਮੰਗਦੇ ਨਹੀਂ ਹੋ, ਲੋਕ ਮੰਗਦੇ ਨਹੀਂ, ਐਂਡ ਯੂ ਸ਼ੁੱਡ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਕਲਚਰ ਨਾਲ ਜੋੜਨਾ ਇਜ਼ ਵੈਰੀ 100%।
ਲਾਈਫ ਇਜ਼ ਮਾਡਰਨ, ਐਵਰੀ ਵਨ ਇਜ਼ ਗੈਟਿੰਗ ਮਾਡਰਨ, ਕੋਈ ਪ੍ਰੋਬਲਮ ਨਹੀਂ ਹੈ, ਆਪ ਅਲਟਰਾ ਮਾਡਰਨ ਹੋ ਜਾਓ, ਨੋ ਪ੍ਰੋਬਲਮ, ਬਟ ਨੋ, ਯੂ ਵਿਲ, ਯੂ ਕੈਨ ਨੈਵਰ ਫੋਰਗੈਟ ਯੋਰ ਰੂਟਸ, ਆਪ ਆਪਣੇ ਸੰਸਕਾਰ ਨਹੀਂ ਭੁੱਲੋਗੇ। ਅੱਜ ਅਸੀਂ ਠਾਕੁਰ ਜੀ ਦੀ, ਸਾਨੂੰ ਸੌਭਾਗਿਆ ਮਿਲਿਆ ਠਾਕੁਰ ਜੀ ਦੀ ਸੇਵਾ ਕਰਨ ਦਾ, ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ, ਉਹ ਦੇਖਦਾ ਕੱਲ੍ਹ ਨੂੰ ਲਾਈਫ ਦੇ ਵਿੱਚ ਅਸੀਂ ਨਹੀਂ ਹੋਵਾਂਗੇ, ਹੀ ਵਿਲ ਡੂ, ਹੀ ਵਿਲ ਟੀਚ ਹਿਸ ਕਿਡਸ ਆਲਸੋ ਕਿ ਭਈਆ ਇਹ ਤੋਂ ਸਾਰੀ ਜ਼ਿੰਦਗੀ ਚਲੇਗੀ, ਹਮ ਨਹੀਂ ਹੈ ਵੋ ਤੋ ਰਹੇਂਗੇ ਸਾਰੀ ਜ਼ਿੰਦਗੀ, ਇਹ ਸੇਵਾ ਚੱਲੇਗੀ, ਬਹੁਤ ਜ਼ਰੂਰੀ ਹੈ। ਔਰ ਇਹੀ ਤੁਹਾਡੀ ਲਾਈਫ ਦੇ ਅੰਦਰ ਜੋ ਕੌਨਫੀਡੈਂਸ ਲੈ ਕੇ ਆਏਗਾ ਤੁਹਾਡੇ ਅੰਦਰ, ਇਨ ਯੋਰ ਵਰਕ, ਇਨ ਯੋਰ ਸੈਲਫ, ਉਹ ਤੁਹਾਨੂੰ ਕਿੱਥੇ ਤੋਂ ਕਿੱਥੋਂ ਲੈ ਕੇ ਜਾਏਗਾ, ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਹੀ ਜ਼ਿਆਦਾ ਜ਼ਰੂਰੀ। ਇੱਕ ਚੀਜ਼ ਭਾਅ ਜੀ, 90% ਲੋਕਾਂ 'ਚ ਪ੍ਰੋਬਲਮ ਹੁੰਦੀ ਹੈ ਕਿ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਆ ਉਹ ਰੱਬ ਨੂੰ ਭੁੱਲ ਜਾਂਦੇ ਆ। ਅਕਸਰ ਲੋਕ ਕਹਿੰਦੇ ਵੀ ਆਏ ਆ ਕਿ ਯਾਰ ਇਹ ਰੱਬ ਭੁੱਲ ਗਿਆ, ਹੈ ਨਾ, ਯਾਦ ਨਹੀਂ ਆਉਂਦਾ ਲੋਕਾਂ ਦੇ। ਬਟ ਮੈਂ ਪਰਸਨਲੀ ਦੋ ਬੰਦਿਆਂ ਨੂੰ ਬਹੁਤ ਕੋਲੇ ਤੋਂ ਓਬਜ਼ਰਵ ਕੀਤਾ, ਇੱਕ ਤੁਸੀਂ, ਇੱਕ ਦਲਜੀਤ ਭਾਅ ਜੀ। ਤੁਸੀਂ ਪਹਿਲਾਂ ਵੀ ਸਪਿਰਿਚੁਅਲ ਸੀ, ਬਟ ਤੁਸੀਂ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਉਵੇਂ ਉਵੇਂ ਜ਼ਿਆਦਾ ਸਪਿਰਿਚੁਅਲ ਹੁੰਦੇ ਗਏ, ਤੁਸੀਂ ਜ਼ਿਆਦਾ ਸਰੈਂਡਰ ਕਰਦੇ ਗਏ। ਸੋ ਇਹ ਬਿਲੀਵ ਆਇਆ ਕਿਵੇਂ, ਜਰਨੀ ਸਟਾਰਟ ਕਿਵੇਂ ਹੋਈ ਤੁਹਾਡੀ? ਸਾਡੇ ਘਰ 'ਚ ਸ਼ੁਰੂ ਤੋਂ ਮੇਰੇ ਦਾਦਾ ਜੀ ਤੋਂ ਸਾਨੂੰ ਇਹ ਚੀਜ਼ ਮਿਲੀ ਹੈ, ਉਹੀ ਮੈਂ ਤੁਹਾਨੂੰ ਬੋਲ ਰਿਹਾ। ਸਾਡੇ ਅੰਦਰ ਉਹਨਾਂ ਨੇ ਕਲਚਰ ਪਾਇਆ, ਸਾਨੂੰ ਰਾਧਾ ਨਾਮ ਸਾਡੇ ਦਾਦਾ ਜੀ ਤੋਂ ਮਿਲਿਆ, ਕ੍ਰਿਸ਼ਨ ਨਾਮ ਸਾਨੂੰ ਉਹਨਾਂ ਤੋਂ ਮਿਲਿਆ, ਹੀ ਵਾਜ ਅ ਸੇਂਟ ਆਲਸੋ। ਔਰ ਮੇਰੇ ਕੋਲ ਲੱਗਦਾ ਜੇ ਤੁਸੀਂ ਲਾਈਫ ਦੇ ਵਿੱਚ ਆਪ ਜਾ ਰਹੇ ਹੋ, ਹਾਊ ਯੂ ਕੈਨ ਫੋਰਗੈਟ ਗੋਡ, ਐਂਡ ਤੁਸੀਂ ਇਹ ਬੋਲ ਵੀ ਕਿੱਦਾਂ ਸਕਦੇ ਹੋ? ਹਾਲੇ ਮੇਰੀ 2-3 ਦਿਨ ਪਹਿਲੇ ਕਿਤੇ ਉਹ ਸੀਗਾ, ਅਤੇ ਉਹ ਨੋਰਮਲੀ ਮੇਰੇ ਤੋਂ ਕੋਈ ਐਵੇਂ ਪੁੱਛ ਰਿਹਾ ਸੀਗਾ, ਉਹ ਮੇਰੇ ਨੂੰ ਕੋਈ ਹੋਰਰ ਸਟੋਰੀ ਜੀ ਆਪਣੀ ਉਹ ਕਰਨ ਲੱਗ ਗਿਆ। ਦੈਨ ਹੀ ਸੈਡ ਕਿ, ਮੈਂ ਕਿਹਾ ਦੇਖੋ ਭਗਵਾਨ, ਭਗਵਾਨ ਨੇ ਐਸੇ ਮੈਂ ਕੋਈ ਗੱਲ ਹੋਈ, ਮੈਂ ਕਿਹਾ ਬਾਕੀ ਦੇਖੋ ਭਗਵਾਨ ਹੈ, ਭਗਵਾਨ ਨੇ ਬਚਾ ਲਿਆ, ਕਿ ਤਾਂ ਆਪ ਮੰਨਦੇ ਹੋ? ਮੈਂ ਕਿਹਾ ਉਹ ਪਾਗਲ, ਤੂੰ ਤਾਂ ਮੈਨੂੰ ਵੈਸੇ ਜਾਣਦਾ ਨਹੀਂ ਹੈ ਵੈਸੇ। ਮੈਂ ਕਿਹਾ ਫਿਰ ਯਾ ਤਾਂ, ਆਈ ਸੈਡ ਯੂ ਡੋਂਟ ਬਿਲੀਵ ਇਨ ਗੋਡ, ਮੈਨੂੰ ਇੱਦਾਂ ਦੇ ਲੋਕਾਂ ਨਾਲ ਬੜਾ ਮਜ਼ਾ ਆਉਂਦਾ ਗੱਲ ਕਰਨ ਦਾ। ਕਹਿੰਦਾ ਓਕੇ ਹੈ। ਮੈਂ ਕਿਹਾ ਹਾਓ, ਇਹ ਕਿੱਦਾਂ ਓਕੇ ਹੈ? ਕਹਿੰਦਾ ਠੀਕ ਹੈ ਭਾਈ, ਓਕੇ ਹੈ ਮਤਲਬ ਕਿ ਨਹੀਂ ਵੀ ਮਾਨਤਾ। ਮੈਂ ਕਿਹਾ ਓਕੇ, ਹੂ ਆਰ ਯੂ? ਕਹਿੰਦਾ ਹੂ ਆਈ ਐਮ, ਯੈਸ ਆਈ ਸੈਡ ਹੂ ਆਰ ਯੂ? ਕਨਫਿਊਜ਼ ਹੋ ਗਿਆ। ਮੈਂ ਕਿਹਾ ਮੈਂ ਸਿੰਪਲ ਜਿਹਾ ਕੁਸ਼ਚਨ ਪੁੱਛਿਆ, ਹੂ ਆਰ ਯੂ, ਆਪ ਕੌਣ ਹੋ? ਕਹਿੰਦਾ ਮੈਂ ਇਨਸਾਨ ਹੂੰ। ਮੈਂ ਇਨਸਾਨ ਕੈਸੇ ਹੋ? ਹੂ ਆਰ ਯੂ? ਇਨਸਾਨ ਤਾਂ ਇਨਸਾਨ ਹੋ, ਹੂ ਆਰ ਯੂ, ਆਪ ਕੌਣ ਹੋ, ਇਹ ਤੋ ਬਤਾਓ। ਕਹਿੰਦਾ ਮੇਰਾ ਨਾਮ ਫਲਾਣਾ ਹੈ। ਮੈਂ, ਇਹ ਤੋ ਤੇਰਾ ਨਾਮ ਹੈ, ਤੂੰ ਕੌਣ ਹੈ? ਮੈਂ ਕੌਣ ਹੈ? ਮੈਂ ਹੋ ਕੌਣ ਤੁਮ, ਪਹਿਲੇ ਇਹ ਬਤਾਓ ਮੇਰੇ ਕੋ, ਜਸਟ ਟੈਲ ਮੀ ਵਨ ਥਿੰਗ, ਦੈਟ ਹੂ ਆਰ ਯੂ, ਬਸ ਦੈਟਸ ਇਟ, ਆਈ ਐਮ ਨੋਟ ਆਸਕਿੰਗ ਯੂ ਐਨੀਥਿੰਗ ਐਲਸ, ਆਪ ਇਹ ਬਤਾਓ ਕਿ ਆਪ ਹੋ ਕੌਣ? ਹੀ ਵਾਜ ਨਮ। ਵਾਏ? ਕਿਉਂਕਿ ਮੈਂ ਕੇ ਬਾਰੇ ਮੈਂ ਪਤਾ ਨਹੀਂ ਹੈ,
तू के बारे में जानना चाहता है, पहले मैं अपने आप को तो जान ले, तू कौन है? इतने अपने बारे में नहीं, आप जान सकते हो आप कौन हो? हम जान सकते हैं, हम कभी लाइफ में नहीं जान सकते। अगर हम अपने आप को ही जान गए तो असी तो महापुरुष बन जाएंगे भाजी। वी कैन नेवर, हम जान सकते हैं पर वो किद्दां जानांगे? देन वी हैव टू डू द साधना फॉर दैट। सानू साधना करनी पैनी है। देर आर 7 चक्कर्स इन आर बॉडी टू नो योर सेल्फ। द गॉड इज इन साइड यू। आप जानो, देख लो, जान जाओगे, 2 मिनट में जान जाओगे। तू किदा कह सकता है? ये तो गल ही नहीं बनी। इस दुनिया को, इस सृष्टि जो हैगी है, दुनिया हैगी है, तो कोई तो रचेता है। मैं उन्हें एक और गल पूछी, आप कहाँ से क्या करते हो? तो मैं फलाना चाहिए। मैं क्या, एक मेरे को बात बताओ, आपने भगवद गीता पढ़ी है? कहते नहीं। रामचरितमानस तो पढ़ी होगी? नहीं। कोई भजन याद है? कुछ तो जानते होगे अपने कल्चर के बारे में। अब जिस भी कल्चर से हो आप जानते हो। आई सेड मैं हिंदू फैमिली तो हूँ। आई सेड आप कुछ तो जानते होगे हिंदू के बारे में, हिंदू अपना आपका कल्चर है, आप जानते हो? कहते नहीं। हाउ यू कैन से दैट देर इज़ नो गॉड? बिकॉज यू नेवर, आपने पढ़ा ही नहीं, आपने अपने शास्त्र नहीं पढ़े, आपने अपने ग्रंथ ही नहीं पढ़े, तो आप ये कैसे बोल सकते हो? दुनिया का इतना बड़ा ज्ञान दे दिया भगवान कृष्ण ने भगवद गीता में, हैं? आप क्या कर रहे हो? ये दुनिया का सबसे बड़ा ज्ञान दे दिया, आपने वो पढ़ा नहीं। लोग पढ़ते ने आजकल इंग्लिश बुक, आए सीक्रेट पढ़ ली, फलानी पढ़ ली। आर यू मैड? व्हाट आर यू रीडिंग? आप अपने ग्रंथ पढ़ो। आप किसी भी धर्म से हो सर, आप किसी भी रिलीजन से हो, आप सीखो, आप गुरु ग्रंथ साहब पढ़ो। आप कोई भी रिलीजन से हो, आप मतलब कि आपको जरूरत क्या दूसरे का? आप हमारे तो इंडिया इतनी बड़ा मतलब कल्चर में रिच है, पढ़ते नहीं लोग, दैट्स वाई दे आर इसी करके पिछे रहते हैं। एंड दैट्स वाई साढ़े कल्चर वाले ज़्यादा पिछे ने, क्यों? बिकॉज दे डोंट वॉन्ट टू रीड। आप तुम पढ़ो तो सही, तुम पता लगेगा कि क्या चमत्कार है, क्या है। तुम नाम जप करके तो देखो लाइफ दे विच, वॉट एवर यू वॉन्ट, दैट्स माई चैलेंज टू यू। वॉट एवर यू वॉन्ट इन लाइफ यू विल गैट इट। जो नहीं भी तुहाडा वह भी तुम्हें मिल जाना। तुम नाम जप करो तो सही, 24 आवर्स तुहाडे कोल हैगे, 10 मिनट तो रब नूं दे दो। 10 मिनट दे विच की मतलब कि 10 मिनट्स ही इज आसकिंग, ही रब तो भी नहीं मंगता। तुहानूं तुहाडे कर्मां दे हिसाब नाल मिल रहा। तुहाडे कर्म जे गलत है उहनूं ठीक कर लो, किद्दां ठीक होणगे? यू जस्ट डू योर साधना, डू योर नाम जप। आप किसी को भी मानते हो, आप किसी को भी मानते हो, आप उसका नाम जप करो, उसका नाम तो लो। नाम एक मैं भगवान से बड़ा भगवान का नाम है, करो तो सही, वो कर देने। देन यू से के भगवान तो है कि पता नहीं कहाँ है। आपको सिर्फ आपकी माँ बता सकती है सर कि आपके फादर कौन है, और किसी को नहीं पता होता। आपकी माँ को पता होता ना, आपकी माँ ही आपको बताती कि बेटा ये तेरे पापा हैं। तो माँ भी भगवान है। ये चीज़ें बड़ी जरूरी हैं। हर बंदे नूं अपने कल्चर नाल जुड़ना बड़ा जरूरी है। जे तुसी नहीं जुड़ोगे
ਅਤੇ ਤੁਸੀਂ ਆਊਟ ਹੋ ਜਾਓਗੇ। ਅਸੀਂ ਅਲਟਰਾ ਮਾਡਲ, ਆਈ ਵੇਅਰ ਐਕਸਪੈਂਸਿਵ ਥਿੰਗਸ, ਆਈ ਵਾਕ ਇਨ ਐਕਸਪੈਂਸਿਵ ਥਿੰਗਸ, ਆਈ ਰਾਈਡ ਇਨ ਐਕਸਪੈਂਸਿਵ ਥਿੰਗਸ, ਬਟ ਦੈਟ ਡਜ਼ਨਟ ਮੀਨ ਕਿ ਮੈਂ ਉਹਨੂੰ ਭੁੱਲ ਜਾ ਜਿਹੜਾ ਮੈਨੂੰ ਇਹ ਸਭ ਕੁਝ ਦੇ ਰਿਹਾ। ਹੂ ਇਜ਼ ਗਿਵਿੰਗ ਮੀ ਦਿਸ? 100% ਸਾਨੂੰ ਇਹ ਕੰਮ ਦੇ ਰਿਹਾ, ਤੁਹਾਨੂੰ ਕੋਈ ਕੰਮ ਦੇ ਰਿਹਾ, ਬਟ ਉਹਨੂੰ ਵੀ ਤਾਂ ਕੋਈ ਕੰਮ ਦੇ ਰਿਹਾ। ਇਹ ਚੱਲਦੀ ਆ ਰਹੀ ਹੈ ਅਤੇ ਚੱਲਦਾ ਰਹੇਗਾ, ਇਹ ਕਲੋਕ ਹੈ, ਇਹ ਚੱਲਦਾ ਰਹੇਗਾ। ਇਹ ਤੁਹਾਡੇ ਕਰਮ ਤੁਹਾਨੂੰ ਕੰਮ ਦੇ ਰਹੇ ਨੇ, ਤੁਹਾਡੇ ਕਰਮ ਮਾਨੇ ਦੇ ਰਹੇ ਸਾਰਾ। ਅਸੀਂ ਆਈ ਐਮ ਰੀਡਿੰਗ ਭਗਵਦ ਗੀਤਾ ਅਤੇ ਮੈਨੂੰ ਹੁਣ ਇੰਨਾ ਪਤਾ, ਹਾਲਾਂਕਿ ਮੈਨੂੰ ਬਹੁਤ ਨੌਲੇਜ ਨਹੀਂ ਹੈ, ਬਟ ਜਿੰਨਾ ਪਤਾ ਲੱਗ ਰਿਹਾ ਮੈਂ ਤੁਹਾਨੂੰ ਉਨਾ ਦੱਸ ਰਿਹਾ ਵੀ ਭਗਵਾਨ ਨੇ ਭਗਵਦ ਗੀਤਾ ਮੈਂ ਕਿਆ ਕਿਆ ਚੀਜ਼ਾਂ ਬਤਾਈਆਂ, ਕਿਆ ਕਿਆ ਚੀਜ਼ਾਂ ਦੱਸੀਆਂ ਭਾਅ ਜੀ। ਮਤਲਬ ਕਿ ਸਾਡਾ ਕਰਮ, ਔਰ ਜੇ ਇਹ ਇਹ ਗੱਲ ਬੜੀ ਕੜਵੀ ਹੈ, ਬੜੀ ਕੜਵੀ ਗੱਲ ਹੈ ਔਰ ਬੜੀ ਸੱਚਾਈ ਗੱਲ ਹੈ। ਹਾਲਾਂਕਿ ਅਸੀਂ ਗ੍ਰਸਤੀ ਬੰਦੇ ਹਾਂ, ਅਸੀਂ ਤਾਂ ਸਾਡਾ ਪਰਿਵਾਰ ਹੈ, ਸਾਰਿਆਂ ਦਾ ਪਰਿਵਾਰ ਹੈ, ਵੀ ਕਾਂਟ ਲੀਵ। ਅਸੀਂ ਜੇ ਛੱਡ ਦਾਂਗੇ ਤਾਂ ਸਾਧ ਹੋ ਜਾਵਾਂਗੇ। ਦੈਟਸ ਸਾਧੂ ਕਿਉਂ ਬਣਦੇ ਨੇ, ਇਹ ਹੁੰਦੇ ਨੇ। ਸਾਧੂਆਂ ਨੂੰ ਕੋਈ ਮਜ਼ਾਕ ਨਾ ਸਮਝੋ, ਕੋਈ ਵੀ ਜਿੰਨੇ ਵੀ ਨੇ, ਭਗਵਾਨ ਨੇ ਉਸਮੇ ਸਪਸ਼ਟ ਲਿਖਿਆ ਕਿ ਤੇਰਾ, ਅਰਜੁਨ ਨੂੰ ਦੱਸ ਰਹੇ ਨੇ ਕਿ ਤੇਰਾ ਜੋ ਅਸਲੀ ਰਿਸ਼ਤੇਦਾਰ ਹੈ ਨਾ, ਅਰਜੁਨ ਡਰ ਰਿਹਾ ਨਾ, ਅਰਜੁਨ ਡਰ ਰਿਹਾ ਕਿ ਮੇਰਾ ਤਾਂ ਸਾਰਾ ਪਰਿਵਾਰ ਖੜ੍ਹਾ ਹੈ ਸਾਹਮਣੇ, ਵੀ ਮੈਂ ਇਹਨਾਂ ਨੂੰ ਕਿੱਦਾਂ ਮਾਰਾਂਗਾ, ਇਹ ਤਾਂ ਮੇਰਾ ਸਾਰਾ ਪਰਿਵਾਰ ਖੜ੍ਹਾ। ਅਰਜੁਨ ਤਾਂ ਛੱਡ ਦਿੰਦਾ ਤੀਰ, ਮੈਂ ਤਾਂ ਨਹੀਂ ਕਰਦੇ, ਇਹ ਤਾਂ ਮੇਰੇ ਦਾਦਾ ਪੜਦਾਦਾ, ਮੇਰੇ ਪੁੱਤਰ, ਮੇਰੇ ਮਤਲਬ ਕਿ ਸਭ ਕਿੰਨੇ ਮੇਰੇ ਤਾਂ ਸਾਰੇ ਰਿਸ਼ਤੇਦਾਰ ਨੇ, ਮੈਂ ਕਿੱਦਾਂ ਮਾਰਾਂਗਾ। ਭਗਵਾਨ ਤਾਂ ਭਗਵਦ ਗੀਤਾ ਦਾ ਗਿਆਨ ਦਿੰਦੇ ਨਾ ਕਿ ਦੇਖੋ ਐਸਾ ਹੈ, ਕੜਵੀ ਗੱਲ ਦੇਖੋ ਕਿੰਨੀ ਕਮਾਲ ਦੀ ਬੋਲੀ ਹੈ, ਦੇਖੋ ਐਸਾ ਹੈ ਕਿ ਤੇਰਾ ਅਸਲੀ ਜਿਹੜਾ ਰਿਸ਼ਤੇਦਾਰ ਆ ਉਹ ਮੈਂ ਹਾਂ, ਇਹ ਤਾਂ ਸਾਰੇ ਮੇਰੇ ਬਣਾਏ ਹੋਏ ਨੇ, ਤੇਰੇ ਜਾਣ ਤੋਂ ਬਾਅਦ ਥੋੜ੍ਹੀ ਦੇਰ ਰੋਣਗੇ, ਚਾਹੇ ਉਹ ਤੇਰੀ ਮੰਮੀ ਹੈ, ਵਾਈਫ ਹੈ, ਬੱਚੇ ਹੈ, ਦੇ ਵਿਲ ਰਿਕਵਰ, ਬਟ ਐਟ ਦ ਐਂਡ ਯੂ ਹੈਵ ਟੂ ਕਮ। ਫਿਰ ਅਰਜੁਨ ਐਂਡ ਦੇ ਵਿੱਚ ਜਦ ਅਰਜੁਨ ਨੂੰ ਬਿਲਕੁਲ ਉਹ ਹੋ ਰਿਹਾ ਹੁੰਦਾ, ਫਿਰ ਅਰਜੁਨ ਛੱਡਦਾ ਔਰ ਬੋਲਦਾ, ਭਗਵਾਨ ਅਬ ਆਪ ਮੇਰੇ ਦੋਸਤ ਬਣ ਕੇ ਨਹੀਂ, ਅਬ ਆਪ ਮੇਰੇ ਗੁਰੂ ਬਣ ਕੇ ਔਰ ਮੁਝੇ ਗਿਆਨ ਦਿਓ। ਦੈਨ ਯੂ ਹੈਵ ਟੂ ਸਰੈਂਡਰ ਯੋਰ ਸੈਲਫ, ਦ ਡੇ ਯੂ ਵਿਲ ਸਰੈਂਡਰ ਯੋਰ ਸੈਲਫ ਟੂ ਗੋਡ ਐਂਡ ਯੂ ਵਿਲ ਸੀ ਦ ਥਿੰਗਸ ਯੂ ਵਿਲ ਗੈਟ ਇਨ ਲਾਈਫ, ਬਟ ਯੂ ਹੈਵ ਟੂ ਸਰੈਂਡਰ ਫਸਟ। ਆਪ ਸਰੈਂਡਰ ਤੋਂ ਕਰੋ ਆਪਣੇ ਆਪ, ਸਰੈਂਡਰ ਨਹੀਂ ਕਰਦੇ ਲੋਕ। ਬਹੁਤ ਲੋਕ ਦੇਖੇ ਨੇ ਭਾਅ ਜੀ, ਮੈਂ ਬਹੁਤ ਲੋਕ ਦੇਖੇ ਨੇ ਜਿਹੜੇ ਕਹਿ ਰਹੇ ਨੇ ਅਸੀਂ ਡਿਪਰੈਸ਼ਨ ਚਾਹੇ, 100% ਡਿਪਰੈਸ਼ਨ ਇਜ਼ ਬਹੁਤ ਵੱਡਾ ਬਿਮਾਰੀ ਹੈ, ਬਹੁਤ ਲੋਕਾਂ ਨੂੰ ਹੈ, ਬਹੁਤ ਅਸੀਂ ਵੀ ਕਈ ਵਾਰੀ ਲੋਅ ਹੋ ਜਾਂਦੇ, ਬਟ ਦੇਰ ਇਜ਼ ਓਨਲੀ ਵਨ ਸੋਲਿਊਸ਼ਨ, ਦੈਟ ਇਜ਼ ਯੂ ਸਰੈਂਡਰ ਯੋਰ ਸੈਲਫ ਟੂ ਗੋਡ ਐਂਡ ਯੂ ਵਿਲ ਸੀ ਦ ਚੇਂਜਿਸ ਇਨ ਯੋਰ ਲਾਈਫ ਐਂਡ ਯੂ ਯੂ ਵਿਲ ਸੀ ਐਵਰੀਥਿੰਗ। ਵਾਟ ਯੂ ਹੈਵ ਟੂ ਡੂ ਜਸਟ ਚੈਂਟ, ਤੁਸੀਂ ਕੰਮ ਕਰ ਰਹੇ ਜਿਹੜਾ ਮਰਜ਼ੀ ਕੰਮ ਕਰਦੇ ਫਿਰੋ, ਚੈਂਟ ਕਰੋ, ਸਾਰਾ ਕੁਛ ਹੋਣ ਜਾਣਾ ਜ਼ਿੰਦਗੀ 'ਚ, ਸਾਰਾ ਕੁਛ ਉਹ ਹੀ ਨਹੀਂ ਕਰਦੇ ਬਸ। ਆਈ ਐਮ ਦਾ ਬਿਗੈਸਟ ਐਗਜ਼ਾਮਪਲ ਐਂਡ ਮੈਂ ਬਹੁਤ, ਮੈਨੂੰ ਲੱਗਦਾ ਕਿ ਜੇ ਇਸ ਇੰਟਰਵਿਊ ਤੋਂ ਕੋਈ ਵੀ ਸੁਣ ਕੇ ਕੋਈ ਪ੍ਰਭਾਵਿਤ ਹੋਏਗਾ ਤਾਂ ਮੈਨੂੰ ਬਹੁਤ ਵਧੀਆ ਲੱਗੇਗਾ। ਯੰਗਸਟਰਸ ਆਰ ਗੋਇੰਗ ਕਰੇਜ਼ੀ, ਦੇ ਆਰ ਗੋਇੰਗ ਕਰੇਜ਼ੀ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਲਾਈਫ 'ਚ ਕਰਨਾ ਕੀ ਹੈ। ਵਾਈ? ਬਿਕੋਜ਼ ਦੇ ਆਰ ਨੋਟ ਫੋਕਸਡ। ਮਾਇਆ ਖਿੱਚਦੀ ਹੈ ਸਰ, ਮਾਇਆ ਕਿਹੜੀ, ਸਿਰਫ ਪੈਸੇ ਨਹੀਂ ਬੋਲ ਰਿਹਾ ਮੈਂ, ਬਾਕੀ ਚੀਜ਼ਾਂ ਵੀ ਹੈਗੀਆਂ ਜ਼ਿੰਦਗੀ ਮੈਂ। ਪੈਸਾ ਸਭ ਕੁਛ ਹੈ ਸਰ, ਔਰ ਜ਼ਿੰਦਗੀ 'ਚ ਨਾ ਪੈਸਾ ਹੈ ਇਹ ਬੋਲਣ ਲਈ ਵੀ ਬਹੁਤ ਪੈਸਾ ਚਾਹੀਦਾ, ਪੈਸਾ ਸਭ ਕੁਛ ਨਹੀਂ ਹੈ, ਬੋਲਣ ਲਈ ਵੀ ਬਹੁਤ ਪੈਸਾ ਚਾਹੀਦਾ।
ਬਟ ਯੂ ਹੈਵ ਟੂ ਬੈਲੈਂਸ, ਤੁਹਾਨੂੰ ਬੈਲੈਂਸ ਤਾਂ ਕਰਨਾ ਹੀ ਪਏਗਾ ਨਾ ਕਿਤੇ ਕਿਤੇ ਤਾਂ ਬੈਲੈਂਸ ਕਰਨਾ। ਹਾਰਡ ਕੋਰ ਨੋਨ ਵੈਜੀਟੇਰੀਅਨ ਯੂ ਹੈਵ ਸੀਨ ਮੀ, ਤੁਸੀਂ ਤਾਂ ਜਾਣਦੇ ਹੋ ਮੈਨੂੰ, ਹਾਰਡ ਕੋਰ ਨੋਨ ਵੈਜੀਟੇਰੀਅਨ ਇਨਸਾਨ ਜੇ ਬਦਲ ਸਕਦਾ, ਜਿਹਦੇ ਰੋਜ਼ ਕਰ ਸਕਦਾ ਇਹੋ ਜਿਹੀ ਚੀਜ਼ਾਂ, ਤਾਂ ਕਿਆ ਨਹੀਂ ਬਦਲਵਾ ਸਕਦਾ ਉਹ? ਮੈਨੂੰ ਕਿਸੇ ਨੇ ਬੋਲਿਆ ਥੋੜ੍ਹੀ ਆ, ਮੇਰੇ ਦਿਲ ਨੇ ਕਿਹਾ, ਮੇਰੇ ਭਗਵਾਨ ਨੇ ਕਿਹਾ, ਇਹ ਤੁਹਾਡੇ ਅੰਦਰ ਬੈਠੇ ਰੱਬ ਤੁਹਾਨੂੰ ਦੱਸਦਾ ਨਾ। ਡੋਂਟ ਡੂ ਦਿਸ ਐਂਡ ਯੂ ਯੂ ਵਿਲ ਸੀ ਦ ਚੇਂਜਸ, ਤੁਸੀਂ ਹੋ ਵੈਜੀਟੇਰੀਅਨ। ਸੋ ਇਹ ਬੜੀ ਵੱਡੀ ਚੀਜ਼ ਹੈ, ਮੈਨੂੰ ਲੱਗਦਾ ਮੈਂ ਇਹੀ ਚੀਜ਼ ਪਤਾ ਨਹੀਂ ਕਿੱਥੇ ਲੈ ਗਈ ਹੈ ਮੋੜ ਹੁਣ ਸਾਡੀ ਗੱਲਾਂ, ਬਟ ਇਹ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਬੋਲਾਂਗਾ ਕਿ ਸਰ ਹਰ ਇੱਕ ਨੂੰ ਆਪਣੇ ਕਲਚਰ ਨਾਲ ਬੜਾ ਜੁੜਨਾ ਬੜਾ ਜ਼ਰੂਰੀ ਹੈ, ਔਰ ਰੱਬ ਨੂੰ ਮੰਨਣਾ ਬੜਾ ਜ਼ਰੂਰੀ ਹੈ, ਉਹਨੂੰ ਸਰੈਂਡਰ ਹੋਣਾ, ਉਹਦੇ ਵੱਲ ਰੱਖਣਾ, ਔਰ ਉੱਪਰ ਜਾ ਕੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉੱਪਰ ਜਾ ਕੇ ਲੋਕ ਭੁੱਲ ਜਾਂਦੇ ਨੇ, ਦੈਟ ਇਜ਼ ਵੈਰੀ ਬੈਡ ਥਿੰਗ। ਮੈਂ ਕਿਸੇ ਦੇਖਿਆ ਸੀਗਾ ਕਿਸੇ ਨੂੰ, ਉਹ ਕਹਿੰਦਾ ਵੀ ਮੈਂ ਤਾਂ ਉਸ ਟਾਈਮ ਜਦ ਮੈਂ ਗਿਆ ਹਾਈਟਾਂ 'ਤੇ, ਅਤੇ ਮੈਂ ਤਾਂ ਕਿਹਾ ਵੀ ਮੈਂ ਹੀ ਰੱਬ ਹਾਂ। ਬਹੁਤ ਲੋਕਾਂ ਦਾ ਇਹ ਪ੍ਰੋਬਲਮ ਨਹੀਂ ਭਾਜੀ, ਮੈਂ ਮੈਨੂੰ ਪਿੱਛੇ ਜੇ ਕਿਸੇ ਮੈਂ ਨਾਮ ਨਹੀਂ ਲਊਂਗਾ, ਇੰਡਸਟਰੀ ਦੇ ਬਾਲੀਵੁੱਡ ਦੇ ਕੋਰੀਓਗ੍ਰਾਫਰ ਹੈ, ਤਾਂ ਕਿਸੇ ਨੇ ਕਿਹਾ ਕਿ ਇੱਕ ਟਾਈਮ 'ਤੇ ਜਦੋਂ ਉਹ ਸਟਰਗਲਰ ਹੁੰਦੇ ਸੀ, ਕਰੀਅਰ ਸਟਾਰਟ ਕੀਤਾ ਸੀ, ਤਾਂ ਪੂਰੀ ਇੰਡਸਟਰੀ ਦੇ ਵਿੱਚ ਉਹ ਆਪਣੀ ਇਮਾਨਦਾਰੀ ਨਾਲ ਜਾਣੇ ਜਾਂਦੇ ਸੀ ਵੀ ਉਹ ਡਾਂਸਰਾਂ ਤੋਂ ਨਾ ਕਮਿਸ਼ਨ ਨਹੀਂ ਲੈਂਦੇ। ਪਿਛਲੇ 2 ਸਾਲ ਪਹਿਲਾਂ ਤੱਕ ਉਹ ਸਾਲ ਦੇ ਨਾ ਨਾ ਕਰਦੇ 50-60 ਕਰੋੜ ਰੁਪਈਆ ਕਮਾਉਂਦੇ ਹੋਣੇ ਆ, ਔਰ ਉਹ ਹੁਣ ਡਾਂਸਰਾਂ ਤੋਂ ਕਮਿਸ਼ਨ ਲੈਂਦੇ। ਸੋ ਦੇਖੋ ਉਹ ਰੱਬ ਭੁੱਲਣ ਵਾਲੀ ਗੱਲ ਹੈ ਨਾ 100%। ਇਹ ਤਾਂ ਬਿਲਕੁਲ ਨਹੀਂ ਸਾਨੂੰ ਕਰਨਾ ਚਾਹੀਦਾ ਭਾਜੀ, ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ। ਔਰ ਵਾਟ ਵੀ ਆਰ ਡੂਇੰਗ ਅਸੀਂ ਇਸ ਇੰਡਸਟਰੀ ਦਾ ਮਿਊਜ਼ਿਕ, ਮਿਊਜ਼ਿਕ ਇਜ਼ ਅ ਲੈਂਗੁਏਜ ਆਫ ਗੋਡ, ਮਿਊਜ਼ਿਕ ਤਾਂ ਉਹ ਲੈਂਗੁਏਜ ਹੈ ਜਿਹੜੀ ਭਗਵਾਨ ਨੂੰ ਬੁਲਾ ਸਕਦੀ ਹੈ ਤੁਹਾਡੇ ਕੋਲ, ਤੁਹਾਨੂੰ ਪੁਕਾਰਨਾ ਆਉਣਾ ਚਾਹੀਦਾ, ਬਸ ਇਹੀ ਗੱਲ ਹੈ। ਯੂ ਆਸਕ ਦਿਲਜੀਤ ਭਾਜੀ, ਹੀ ਵਿਲ ਟੈਲ ਯੂ ਦ ਥਿੰਗਸ ਹੀ ਇਜ਼ ਐਕਸਪੀਰੀਅੰਸ, ਉਹ ਐਕਸਪੀਰੀਅੰਸ ਜਿਹੜੀ ਕਰ ਰਿਹਾ ਸੋਰੀ, ਉਹ ਤੁਹਾਨੂੰ ਮਤਲਬ ਕਿ ਹੀ ਇਜ਼ 100%, ਹੀ ਇਜ਼ ਔਨ ਅਨਦਰ ਲੈਵਲ ਆਫ ਡਿਵੋਸ਼ਨ ਆਲਸੋ। ਵਾਏ ਉਹਨ ਕੀ ਲੋੜ ਹੈ, ਐਵਰੀ ਥਿੰਗ ਹੀ ਗੋਟ, ਐਵਰੀ ਥਿੰਗ ਵੀ ਗੋਟ। ਆਈ ਨੈਵਰ ਸੇ ਕਿ ਮੇਰੇ ਕੋਲ ਕੁਛ ਨਹੀਂ, ਮੈਂ ਤਾਂ ਕਹਿੰਦਾ ਮੈਂ ਸਾਡੇ ਕੋਲ ਸਭ ਕੁਛ ਹੈ ਸਰ, ਸਾਨੂੰ ਤਾਂ ਦਿੱਤਾ ਰੱਬ ਨੇ 100%, ਬਿਕੋਜ਼ ਯੂਨੀਵਰਸ ਇਜ਼ ਲਿਸਨਿੰਗ ਟੂ ਯੂ ਐਵਰੀ ਟਾਈਮ। ਸਾਨੂੰ ਇਹ ਕਹਿਣਾ ਚਾਹੀਦਾ, ਕਈ ਲੋਕ ਕਹਿੰਦੇ ਯਾਰ ਨਹੀਂ ਨਹੀਂ ਜੀ ਠੀਕ ਹੈ, ਉਹ ਫਿਰ ਠੀਕ ਰਹਿ ਜਾਂਦਾ ਉਹਦੇ ਕੋਲ, ਉਹਨਾਂ ਕੋਲ ਸਭ ਕੁਛ ਹੈ, ਬਟ ਸਟਿਲ ਹੀ ਸੇਇੰਗ ਦੈਟ ਐਵਰੀ ਥਿੰਗ ਯੂ ਆਰ ਡੂਇੰਗ ਫੋਰ ਮੀ, ਆਈ ਐਮ ਥੈਂਕਫੁਲ ਟੂ ਯੂ। ਮੈਂ ਜਿੰਨਾ ਸ਼ੁਕਰਾਨਾ ਕਰ ਲਾਂ ਤੁਹਾਡਾ ਓਨਾ ਘੱਟ ਹੈ, ਓਨਾ ਹੀ ਘੱਟ ਹੈ, ਉਹਨੇ ਹੋਰ ਦੇਈ ਜਾਣਾ ਉਹਨੂੰ। ਉਹ ਕਹਿੰਦਾ ਵੀ ਤੂੰ ਮੈਨੂੰ ਭੁੱਲ ਨਹੀਂ ਰਿਹਾ ਅਤੇ ਮੈਂ ਤੈਨੂੰ ਕਿੱਦਾਂ ਭੁੱਲਣਾਗਾ। ਕਿਸੇ ਨੇ ਪੁੱਛਿਆ ਜੀ, ਨਾਰਦ ਜੀ ਨੇ ਪੁੱਛਿਆ ਵਿਸ਼ਨੂੰ ਭਗਵਾਨ ਤੋਂ, ਭਗਵਾਨ ਆਪਕੋ ਵੀ ਮਾਲਾ ਜਪ ਕੀ ਜ਼ਰੂਰਤ ਪੜਤੀ ਹੈ? ਮੈਨੇ ਸਭ ਕੋ ਦੇਖਾ, ਆਪ ਸ਼ਿਵ ਜੀ ਨੇ ਦੇਖਿਆ, ਸ਼ਿਵ ਜੀ ਨਾਮ ਜਪ ਕਰ ਰਹੇ ਨੇ, ਭਗਵਾਨ ਕ੍ਰਿਸ਼ਨ ਨਾਮ ਜਪ ਕਰ ਰਹੇ ਨੇ, ਗੁਰੂ ਨਾਨਕ ਦੇਵ ਜੀ ਨਾਮ ਜਪ ਕਰ ਰਹੇ ਨੇ, ਸਾਰੇ ਨਾਮ ਜਪ ਕਰ ਰਹੇ ਨੇ, ਵੀ ਤੁਸੀਂ ਤਾਂ ਮਹਾਂਪੁਰਸ਼, ਤੁਸੀਂ ਤਾਂ ਭਗਵਾਨ ਹੋ, ਤੁਹਾਨੂੰ ਨਾਮ ਜਪ ਦੀ ਕੀ ਲੋੜ ਹੈ, ਵੀ ਹਾਲੇ ਵੀ ਕਮੀ ਹੈ ਕੋਈ?
ਕਹਿੰਦੇ ਮੈਂ ਉਹ ਭਗਤਾਂ ਦਾ ਨਾਮ ਜਪ ਕਰ ਰਿਹਾ ਜਿਹੜਾ ਮੇਰਾ ਨਾਮ ਲੈ ਰਹੇ ਨੇ, ਜਿਹੜੇ ਮੈਨੂੰ ਯਾਦ ਕਰ ਰਹੇ ਨੇ ਅਤੇ ਮੈਂ ਉਹਨਾਂ ਨੂੰ ਯਾਦ ਕਰ ਰਿਹਾ। ਸੀ ਦ ਪਾਵਰ ਆਫ ਗੋਡ, ਸੀ ਦ ਪਾਵਰ ਆਫ ਗੋਡ ਦਾ। ਚਲ ਬਹੁਤ ਬਹੁਤ ਵਧੀਆ ਲੱਗਿਆ ਭਾਅ ਜੀ, ਤੁਹਾਡੇ ਫਾਦਰ ਤੁਹਾਡੇ ਚਾਚਾ ਤੁਹਾਡੇ 'ਤੇ ਬਹੁਤ ਪ੍ਰਾਊਡ ਹੋਣਗੇ ਅਤੇ ਮਾਂ ਤਾਂ ਬਹੁਤ ਖੁਸ਼ ਹੋਣੀ ਆ ਤੁਹਾਨੂੰ ਦੇਖ ਕੇ। 100% ਬਹੁਤ ਜ਼ਿਆਦਾ। ਤੁਸੀਂ ਉਹਨਾਂ ਨੂੰ ਹਮੇਸ਼ਾ ਹੀ ਖੁਸ਼ ਰੱਖੋ। ਅਤੇ ਹੁਣ ਇੱਕ ਸਾਡਾ ਜਿਮਨੀ 4x4 ਰਾਊਂਡ ਹੈ ਭਾਅ ਜੀ, ਅਤੇ ਕਾਇੰਡ ਆਫ ਰੈਪਿਡ ਫਾਇਰ ਵਰਗਾ ਰਾਊਂਡ ਹੈ। ਤੁਹਾਡੇ ਗਾਣੇ ਪੂਰੀ ਦੁਨੀਆ ਨੂੰ ਰਵਾਉਂਦੇ ਆ, ਤੁਹਾਡੀ ਜਿਹੜੀ ਆਵਾਜ਼ ਹੈ, ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਇਮੋਸ਼ਨਲ ਕਰਦੀ ਹੈ? ਸਿਰ ਉਹਦਾ ਨਾਮ, ਉਹਨੂੰ ਪੁਕਾਰਨਾ, ਬਸ ਉਹਨੂੰ ਹੀ ਪੁਕਾਰਨਾ, ਬਸ ਹੋਰ ਕੁਛ ਨਹੀਂ ਕਰਨਾ, ਉਹਦੇ ਲਈ ਗਾ ਰਿਹਾ ਮੈਂ। ਤੁਹਾਡਾ ਜਦੋਂ ਤੁਸੀਂ ਗਾਣੇ ਬਣਾਉਂਦੇ ਹੋ, ਰਿਲੀਜ਼ ਹੋਣ ਤੋਂ ਪਹਿਲਾਂ ਕਿਹਨੂੰ ਸੁਣਾਉਂਦੇ ਹੋ? ਆਪਣੇ ਆਪ ਹੀ ਸੁਣਦੇ ਹਾਂ, ਹੋਰ ਤਾਂ ਕਿਸੇ ਨੂੰ ਟੀਮ ਟੀਮ 'ਚ ਸੁਣਾ ਲੈਂਦੇ ਹਾਂ ਵੀ ਇਹ ਗਾਣਾ ਸਾਡਾ ਆਉਣ ਵਾਲਾ, ਵੀ ਦੱਸੋ ਵੀ ਚੱਲੇਗਾ ਕਿ ਨਹੀਂ ਚੱਲੇਗਾ। ਕੋਈ ਤੁਹਾਡੀ ਡ੍ਰੀਮ ਕੋਲੈਬੋਰੇਸ਼ਨ ਜੋ ਤੁਸੀਂ ਕਿਸੇ ਨਾਲ ਕਰਨਾ ਚਾਹੋ, ਜਾਂ ਕੋਈ ਲੈਜੈਂਡਰੀ ਸਿੰਗਰ ਜੋ ਨਹੀਂ ਰਹੇ ਤੁਸੀਂ ਕਰ ਸਕਦੇ, ਕਾਸ਼ ਤੁਹਾਡਾ ਡ੍ਰੀਮ? ਹੁਣ ਜਿਹੜੇ ਰਹੇ ਨਹੀਂ ਭਾਅ ਜੀ ਉਹਨਾਂ ਦੇ ਬਾਰੇ ਤਾਂ ਕਿੰਨਾ ਦੱਸਾਂ ਮੈਂ, ਬਟ ਮੈਂ ਆਈ ਰੀਅਲੀ ਵਾਂਟ ਟੂ ਕੋਲੈਬ ਵਿਦ ਐਡੇਲ। ਇਹ ਮੇਰਾ ਸ਼ੁਰੂ ਤੋਂ ਹੈਗਾ ਵੀ ਮੈਂ ਐਡੇਲ ਨਾਲ ਇੱਕ ਗਾਣਾ ਕਰਨਾ, ਹਾਲਾਂਕਿ ਉਹਨੇ ਗਾਣਾ ਛੱਡਤਾ ਰੀਸੈਂਟਲੀ। ਉਹਨੇ ਦੱਸਿਆ ਕਿ ਉਹ ਆਪਣੇ ਸ਼ੋਜ਼ ਤੋਂ ਔਰ ਆਪਣੇ ਗਾਣਿਆਂ ਤੋਂ ਕਮ ਸੇ ਕਮ 20 ਸਾਲ ਦਾ ਬ੍ਰੇਕ ਲੈ ਰਹੀ ਹੈ। ਇਹ ਬੋਲਣ ਲਈ ਵੀ ਬਹੁਤ ਪੈਸਾ ਚਾਹੀਦਾ ਸਰ, ਠੀਕ ਹੈ ਨਾ? ਸੋ ਬਟ ਮੈਂ, ਮੇਰਾ ਡ੍ਰੀਮ ਹੈ ਕਿ ਮੈਂ ਉਹਦੇ ਨਾਲ ਗਾਣਾ ਗਾਵਾਂ। ਮੈਨੂੰ ਲੱਗਦਾ ਕਿ ਸਾਡਾ ਮੈਚ ਵੀ ਕਰੇਗਾ, ਬਿਕੋਜ਼ ਉਹ ਵੀ ਹਾਈ ਪਿੱਚ ਗਾਉਂਦੀ ਹੈ, ਮੈਂ ਵੀ ਹਾਈ ਪਿੱਚ ਗਾਉਂਦਾ। ਤਾਂ ਇੱਕ ਸਟਾਰ, ਸੁਪਰ ਸਟਾਰ ਹੋਣ ਦਾ ਭਾਅ ਜੀ ਨੁਕਸਾਨ ਕੀ ਹੈ, ਸੈਟਬੈਕ ਕੀ ਹੈ ਕਿ ਜੋ ਤੁਹਾਨੂੰ ਝੱਲਣਾ ਪੈਂਦਾ? ਮੈਨੂੰ ਲੱਗਦਾ ਮੈਂ ਹਾਲੇ ਤੱਕ ਕੋਈ ਨੁਕਸਾਨ ਹੈ ਇੱਦਾਂ ਦਾ ਤਾਂ ਸਰ, ਮਤਲਬ ਕਿ ਰੱਬ ਕਦੀ ਨਾ ਦਿਖਾਏ, ਪਰ ਮੈਨੂੰ ਲੱਗਦਾ ਕਿ ਫਾਇਦਾ ਹੀ ਫਾਇਦਾ ਹੈ ਸਰ, ਨੁਕਸਾਨ ਤਾਂ ਮੈਨੂੰ ਕੋਈ ਨਹੀਂ ਲੱਗਦਾ। ਇਹ ਮੇਰੀ ਸੋਚ, ਸਾਡੀ ਸੋਚ ਇੱਕੋ। ਮੈਨੂੰ ਨੁਕਸਾਨ ਕਿਸ ਚੀਜ਼ ਦਾ ਹੈ? ਨਹੀਂ ਮਤਲਬ ਲਾਈਕ ਬਹੁਤ ਲੋਕ ਕਹਿੰਦੇ ਨਾ ਸਾਡੀ ਇੰਡਸਟਰੀ 'ਚ ਫੈਮਿਲੀ ਤੋਂ ਦੂਰ ਹੁੰਦੇ, ਅਸੀਂ ਆਹ ਹੁੰਦਾ ਉਹ ਠੀਕ ਹੈ, ਬਟ ਉਹ ਬਹੁਤ ਛੋਟੇ ਹੈ। ਤੁਸੀਂ ਕਿਹਦੇ ਲਈ ਦੂਰ ਹੋ ਰਹੇ? ਦੂਰ ਹੋ ਰਹੇ ਉਹਨਾਂ ਲਈ ਦੂਰ ਹੋ ਰਹੇ। ਮੇਰੇ ਤੋਂ ਵੱਧ ਟਰੈਵਲ, ਮਤਲਬ ਕਿ ਸਾਨੂੰ ਤਾਂ ਰੱਬ ਨੇ ਇੰਨਾ ਬਲੈਸਡ ਕੀਤਾ, ਇੰਨਾ ਬਲੈਸਡ ਦੈਟ ਆਈ ਟਰੈਵਲ ਅਲੋਟ ਕਿ ਮੈਨੂੰ ਕਈ ਵਾਰੀ ਹੁਣ ਸੀਜ਼ਨ ਆਏਗਾ, ਮਤਲਬ ਕਿ ਸੋਚੋ ਕਿ ਅਸੀਂ 5-5 ਮਹੀਨੇ ਨਹੀਂ ਮਿਲਦਾ ਮੈਂ ਆਪਣੀ ਫੈਮਿਲੀ ਨੂੰ। ਬਟ ਮੈਂ ਉਹਨਾਂ ਨੂੰ ਇੱਕ ਹੀ ਗੱਲ ਬੋਲਦਾ, ਲੈਟ ਮੀ ਡੂ, ਦਿਸ ਇਜ਼ ਦਾ ਟਾਈਮ, ਅਦਰਵਾਈਜ਼ ਇਹ ਆਏਗਾ ਨਹੀਂ। ਯੂ ਹੈਵ ਟੂ ਕੈਚ ਦਾ ਟਾਈਮ, ਇਹ ਤੁਹਾਨੂੰ ਦੇਖਣਾ ਪੈਣਾ ਕਿਉਂਕਿ ਆਪ ਕੈਸੀ ਲਾਈਫ ਜੀਣਾ ਚਾਹੁੰਦੇ, ਫਿਰ ਉਹਦੇ ਲਈ ਤੁਹਾਨੂੰ ਕੰਮ ਤਾਂ ਕਰਨਾ ਹੀ ਪੈਣਾ। ਸਹੀ ਗੱਲ। ਤੁਹਾਡੀ ਹੁਣ ਤੱਕ ਦੀ ਕਿਹੜੀ ਅਚੀਵਮੈਂਟ ਹੈ ਜਿਹੜੀ ਤੁਹਾਨੂੰ ਬਹੁਤ ਕਨੈਕਟ ਕਰਦੀ ਹੈ ਜਾਂ ਤੁਹਾਨੂੰ ਬਹੁਤ ਖੁਸ਼ੀ ਮਿਲੀ? ਸਿਰਫ ਉਹਦੇ ਨਾਲ ਜੁੜ ਕੇ, ਬਾਕੀ ਉਹ ਸਾਰਾ ਕੁਛ ਉਹੀ ਅਚੀਵ ਕਰਾ ਰਿਹਾ ਅਤੇ ਉਹਨੇ ਹੀ ਸਾਰਾ ਕੁਛ ਕੀਤਾ, ਅਤੇ ਫਿਰ ਬਸ ਜਿਹੜਾ ਉਹ ਦੇਈ ਜਾ ਰਿਹਾ ਆਪਾਂ ਲਈ ਜਾ ਰਹੇ ਹਾਂ, ਔਰ ਉਹ ਐਵਰੀਥਿੰਗ ਇਜ਼ ਡੂਇੰਗ ਬੈਸਟ।
ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਲਗਜ਼ਰੀ ਲਾਈਫ ਦਾ ਬਹੁਤ ਸ਼ੌਂਕ ਹੈ, ਕਿਹੜੀ ਇੱਕ ਚੀਜ਼ ਹੈ ਜਿਹਦੇ ਲਈ ਤੁਸੀਂ ਬਹੁਤ ਓਬਸੈਸਡ ਹੋ, ਜਿਹਦੇ 'ਤੇ ਤੁਸੀਂ ਬਹੁਤ ਪੈਸਾ ਖਰਚ ਕਰਦੇ ਹੋ? ਵੈਸੇ ਤਾਂ ਮੈਂ ਫੂਡ 'ਤੇ ਬਹੁਤ ਪੈਸਾ ਖਰਚਦਾ, ਆਈ ਵੈਰੀ ਬਿਗ ਫੂਡ ਯੂ ਨੋ, ਬਟ ਮੈਨੂੰ ਲੱਗਦਾ ਕਿ ਮੈਂ ਕੱਪੜਿਆਂ 'ਤੇ ਬਹੁਤ ਪੈਸਾ ਖਰਚਦਾ ਔਰ ਐਕਸੈਸਰੀਜ਼ 'ਤੇ ਬਹੁਤ ਪੈਸਾ ਖਰਚਦਾ। ਮੈਨੂੰ ਸ਼ੌਂਕ ਸੀਗਾ ਭਾਅ ਜੀ, ਅਸੀਂ ਵਾਕਈ ਉਹ ਟਾਈਮ ਦੇਖਿਆ ਸਰ, ਇੱਦਾਂ ਨਹੀਂ ਹੈ ਕਿ ਅਸੀਂ ਕੋਈ ਉਹ ਹੋਰ ਪਰਿਵਾਰ 'ਚ ਅੱਗੇ ਬਿਲਕੁਲ ਹੀ ਉੱਦਾਂ, ਨੋ ਇਹ ਵੀ ਨਹੀਂ ਗੱਲ ਹੈਗੀ, ਬਟ ਨਹੀਂ ਮੈਨੂੰ ਸ਼ੌਂਕ ਸੀਗਾ ਵੀ ਮੈਂ ਉਹ ਕਰਨਾ ਜੋ ਨਹੀਂ ਕੀਤਾ ਕਿਸੇ ਨੇ, ਐਂਡ ਉਹ ਹੀ ਕਰੂੰਗਾ, ਐਂਡ ਆਈ ਐਮ ਬਲੈਸਡ, ਆਈ ਨੋ ਦੈਟ ਹੀ ਵਿਲ ਡੂ। ਬਾਕੀ ਇੰਨਾ ਪਿਆਰ ਕਰਦੇ ਨੇ, ਮਤਲਬ ਮੈਂ ਜਿੱਥੇ ਵੀ ਜਾਂਦਾ ਲੋਕ ਇੰਨਾ ਪਿਆਰ ਕਰਦੇ ਨੇ, ਬੱਚਿਆਂ ਤੋਂ ਲੈ ਕੇ ਮਤਲਬ ਕਿ ਵੱਡੀ ਉਮਰ ਦੇ ਵੀ ਬਜ਼ੁਰਗ ਵੀ ਮੈਨੂੰ ਇੰਨਾ ਪਿਆਰ ਕਰਦੇ ਨੇ, ਉਹ ਮੈਨੂੰ ਲੱਗਦਾ ਕਿ ਬਲੈਸਡ ਹਾਂ ਕਿ ਮੈਂ ਇਹੋ ਜਿਹੇ ਗਾਣੇ ਗਾਉਂਦਾ। ਤੁਸੀਂ ਜਦੋਂ ਨੋਨ ਵੈਜ ਤੋਂ ਵੈਜੀਟੇਰੀਅਨ, ਜੇ ਤੁਸੀਂ ਨੋਨ ਵੈਜ ਛੱਡਿਆ, ਤੁਸੀਂ ਹਾਰਡ ਕੋਰ ਨੋਨ ਵੈਜੀਟੇਰੀਅਨ, ਉਹ ਕੀ ਹੋਇਆ ਸੀਗਾ, ਮਤਲਬ ਕੀ ਰੀਜ਼ਨ ਸੀ ਉਹਦੇ ਪਿੱਛੇ, ਜਾਂ ਇੱਕਦਮ ਹੀ ਹੋ ਗਿਆ? ਇੱਕਦਮ ਹੋ ਗਿਆ ਸਰ, ਮੈਨੂੰ ਇਹ ਮਤਲਬ ਕਿ ਅੰਦਰੋਂ ਆਵਾਜ਼ ਆਈ ਕਿ ਨੋ ਆਈ ਐਮ ਡੂਇੰਗ ਵੈਰੀ ਰੋਂਗ, ਵਾਏ ਵਾਏ ਆਈ ਐਮ ਡੂਇੰਗ ਦਿਸ। ਮਤਲਬ ਕਿ ਅੱਛਾ ਤੁਸੀਂ ਇਹ ਇੱਕ ਇਹ ਦੇਖੋ, ਜਿਹੜੇ ਆਪ ਹਰਾ ਖਾਂਦੇ ਆ ਆਪਾਂ ਉਹਨਾਂ ਨੂੰ ਖਾ ਰਹੇ ਹਾਂ, ਦੇਰ ਆਰ ਫਿਊ ਐਨੀਮਲਸ ਜੋ ਨੋਨ ਵੈਜ ਖਾਂਦੇ ਨੇ, ਰਾਈਟ? ਉਹ ਬਹੁਤ ਘੱਟ ਐਨੀਮਲਸ ਨੇ ਜਿਹੜੇ ਨੋਨ ਵੈਜ ਖਾਂਦੇ ਨੇ, ਅਦਰਵਾਈਜ਼ ਤੁਸੀਂ ਜਿੰਨੇ ਜਾਨਵਰ ਦੇਖੋਗੇ ਉਹ ਸਾਰੇ ਗ੍ਰੀਨ ਖਾਂਦੇ ਨੇ, ਸਾਰੇ ਗ੍ਰੀਨ ਖਾ ਰਹੇ ਨੇ ਸਰ, ਤੁਹਾਡਾ ਦਿਮਾਗ ਹਿੱਲ ਜਾਏਗਾ ਸਰ, ਤੁਸੀਂ ਕਹੋਗੇ ਕਿ ਮੈਂ ਇਹ ਕਿੱਦਾਂ, ਮਤਲਬ ਕਿ ਵਾਈ ਆਈ ਵਾਜ਼ ਡੂਇੰਗ ਆਪ, ਇਹ ਸੱਚੀ ਗੱਲ ਹੈ, ਜੈਸਾ ਅੰਨ ਵੈਸਾ ਮਨ, ਆਪਕਾ ਅਗਰ ਅੰਨ ਅੱਛਾ ਹੋਗਾ ਤੋ ਆਪਕਾ ਮਨ ਵੈਸੇ ਹੀ ਅੱਛਾ ਹੋ ਜਾਏਗਾ, ਤੁਹਾਨੂੰ ਰਿਗਰੈਟ ਨਹੀਂ ਰਹੇਗਾ ਕਿਸੇ ਚੀਜ਼ ਦਾ, ਔਰ ਹੋਣਾ ਵੀ ਖਾਣਾ ਵੀ ਨਹੀਂ ਚਾਹੀਦਾ ਭਾਅ ਜੀ। ਸੋ ਤੁਸੀਂ ਅੰਬਾਨੀਆਂ ਦੇ ਵਿਆਹ 'ਚ ਗਾਇਆ, ਸੋ ਕੀ ਡਿਫਰੈਂਸ ਹੁੰਦਾ ਆਪਣੇ ਪੰਜਾਬੀਆਂ ਦੇ ਵਿਆਹ 'ਚ ਅਤੇ ਉਹਨਾਂ ਦੇ ਵਿਆਹ 'ਚ, ਤੁਹਾਨੂੰ ਕੀ ਫਰਕ ਲੱਗਿਆ? ਦੇਖੋ ਪਿਆਰ ਉੱਥੇ ਵੀ ਹੈ, ਪਿਆਰ ਇੱਥੇ ਵੀ ਹੈ, ਸਭ ਕੁਛ ਹੈਗਾ ਭਾਅ ਜੀ, ਬਟ ਉਹ ਬਹੁਤ ਲੋਕ ਉਲਟਾ ਵੀ ਲੈਂਦੇ ਨੇ ਇਸ ਗੱਲ ਨੂੰ, ਇਹ ਨਹੀਂ ਹੈ ਕਿ ਮੈਂ ਉਹਨਾਂ ਦੇ ਵਿਆਹ 'ਚ ਪਰਫੋਰਮ ਕੀਤਾ ਅਤੇ ਮੈਂ ਇਸ ਕਰਕੇ ਬੋਲ ਰਿਹਾ, ਇਹ ਨਹੀਂ ਹੈ ਕਿ ਉਹ ਮੈਂ ਉਹ ਮੈਨੂੰ ਕਲੋਜ਼ਲੀ ਬੜਾ ਪਿਆਰ ਕਰਦੇ ਨੇ, ਫੈਮਿਲੀ ਵਾਂਗੂ ਟ੍ਰੀਟ ਕਰਦੇ ਨੇ, ਇਸ ਕਰਕੇ ਬੋਲ ਰਿਹਾ। ਜੇ ਉਹਨਾਂ ਨੇ ਮੈਨੂੰ ਨਾ ਵੀ ਬੁਲਾਇਆ ਹੁੰਦਾ, ਜੇ ਮੈਨੂੰ ਨਾ ਵੀ ਜਾਣਦੇ ਹੁੰਦੇ, ਨਾ ਬੁਲਾਉਂਦੇ, ਤਾਂ ਮੈਂ ਫਿਰ ਵੀ ਮੇਰੀ ਇਹੀ ਥੋਟ ਸੀਗੀ, ਮੈਂ ਇਹ ਗੱਲ ਬਹੁਤ ਲੋਕਾਂ ਨੂੰ ਬੋਲਦਾ, ਰੱਬ ਨੇ ਉਹਨਾਂ ਨੂੰ ਬਲੈਸਡ ਕੀਤਾ ਪੈਸਿਆਂ ਨਾਲ, ਇੱਕ ਐਸੀ ਲਾਈਫ ਨਾਲ, ਐਂਡ ਦੇ ਆਰ ਸ਼ੋਇੰਗ ਐਂਡ ਦੇ ਆਰ ਡੂਇੰਗ ਗ੍ਰੇਟ। ਸਾਡੇ ਕੋਈ ਵੀ ਘਰ 'ਚ ਵਿਆਹ ਹੁੰਦਾ ਸਾਡਾ ਆਪ ਦਾ ਹੁੰਦਾ, ਮਤਲਬ ਆਪ ਦਾ ਸੀਗਾ ਜਦ ਸੀਗਾ, ਅਤੇ ਤੁਹਾਡੀ ਸਿਸਟਰ ਦਾ ਹੈ ਜਾਂ ਤੁਹਾਡੇ ਕਿਸੇ ਬੱਚੇ ਦਾ ਹੈ, ਕਿਸੇ ਦਾ ਵੀ ਹੈ, ਤੁਹਾਨੂੰ ਚਾਹ ਹੁੰਦਾ ਵੀ ਸਾਡੀ ਜੇਬ ਐਡੀ ਹੈਗੀ ਹੈ ਯਾਰ, ਅਸੀਂ ਉਹਦੇ 'ਚ ਵੀ ਬੈਸਟ ਕਰਾਂਗੇ, ਹੈ ਨਾ। ਕਈਆਂ ਦਾ ਹੁੰਦਾ ਨਹੀਂ ਕਰਨਾ, ਉਹ ਆਪਣੀ ਮਰਜ਼ੀ ਹੈ ਲੋਕਾਂ ਦੀ, ਅਤੇ ਉਹਨਾਂ ਦੀ ਜੇਬ ਉਨਾ ਅਲਾਓ ਕਰਦੀ ਹੈ ਸਰ, ਔਰ ਉਹ ਕਰ ਰਹੇ ਨੇ। ਅਤੇ ਇਹਦੇ 'ਚ ਮੈਨੂੰ ਲੱਗਦਾ ਕਿ ਬਹੁਤ ਲੋਕ ਮੈਂ ਦੇਖਦਾ ਕਈ ਨੀਚੇ, ਅਰੇ ਇਨਕੀ ਸ਼ਾਦੀ ਖਤਮ ਨਹੀਂ ਹੋ ਰਹੀ, ਇਹ ਨਹੀਂ ਹੋ ਰਹੀ, ਅਰੇ ਨਹੀਂ ਹੋ ਰਹੀ ਤਾਂ ਭਾਈ ਉਹਨੂੰ ਸ਼ੌਂਕ ਹੈ, ਉਹਨੂੰ ਸ਼ੌਂਕ ਹੈ ਕਰਨ ਦਾ, ਸ਼ੌਂਕ ਦਾ ਕੋਈ ਮੁੱਲ ਨਹੀਂ, ਜਿੰਨਾ ਮਰਜ਼ੀ ਕਰੀ ਜਾਣ, ਇਹ 'ਚ ਮੈਨੂੰ ਲੱਗਦਾ ਕਿ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਮੈਂ ਫਿਰ ਗੱਲ ਕਹਿ ਰਿਹਾ ਕਿ ਇਹ ਨਹੀਂ ਹੈ ਕਿ ਮੈਂ ਉਹਨਾਂ ਦੇ ਘਰ ਜਾਂਦਾ ਅਤੇ ਮੈਂ ਪਰਫੋਰਮ ਕਰਦਾ ਉੱਥੇ, ਇਸ ਕਰਕੇ ਬੋਲ ਰਿਹਾ ਨੋ, ਇਹ ਅਸੀਂ ਵੀ ਕਰਾਂਗੇ ਤਾਂ ਲੋਕ ਤਾਂ ਕੁਛ ਨਾ ਕੁਛ ਬੋਲਣਗੇ।
ਇਹਦੇ 'ਚ ਉਹ ਨਹੀਂ ਕਰੀਦਾ। ਜੇ ਤੁਸੀਂ ਮਿਊਜ਼ਿਕ 'ਚ ਨਾ ਹੁੰਦੇ ਤਾਂ ਤੁਸੀਂ ਕੀ ਪ੍ਰੋਫੈਸ਼ਨ ਹੁੰਦਾ ਤੁਹਾਡਾ? ਮੈਨੂੰ ਲੱਗਦਾ ਕਿ ਮੈਂ ਇਸ ਤੋਂ ਇਲਾਵਾ ਕੁਛ ਨਹੀਂ ਕਰ ਸਕਦਾ, ਇਹੀ ਸਭ ਕੁਛ ਸੀਗਾ, ਤਾਂ ਹੀ ਮੈਨੂੰ ਇੱਥੇ ਹੀ ਭੇਜਿਆ ਉਹਨਾਂ ਨੇ ਕਿ ਯੂ ਆਰ ਬੋਰਨ ਇਨ ਦਿਸ ਫੈਮਿਲੀ, ਯੂ ਹੈਵ ਟੂ ਬੋਰਨ ਇਨ ਦਿਸ ਫੈਮਿਲੀ। ਤੁਹਾਡੀ ਲਾਈਫ ਦਾ ਭਾਅ ਜੀ ਉਹ ਮੂਮੈਂਟ ਜਿਹੜਾ ਨੈਵਰ ਟਰਨ ਬੈਕ ਮੂਮੈਂਟ ਸੀ, ਜਦੋਂ ਤੁਹਾਨੂੰ ਲੱਗਦਾ ਸੀਗਾ ਕਿ ਯਾਰ ਬਸ ਹੁਣ ਨਹੀਂ ਦੱਬਦੇ, ਇਹ ਮੈਨੂੰ ਕਦੇ ਮੈਂ ਨਾ ਕਦੀ ਸੈਟਿਸਫਾਈ ਨਹੀਂ ਹੁੰਦਾ ਬਾਈ ਆਪਣੇ ਕੰਮ ਤੋਂ, ਤਾਂ ਮੈਂ ਕਦੀ ਸੈਟਿਸਫਾਈ ਨਹੀਂ ਹੋਇਆ, ਸੱਚੀ ਕਹਿ ਰਿਹਾ ਮੈਂ, ਕਦੀ ਸੈਟਿਸਫਾਈ ਨਹੀਂ, ਔਰ ਹੋਣਾ ਵੀ ਨਹੀਂ ਚਾਹੀਦਾ ਤੁਹਾਨੂੰ। ਮੈਨੂੰ ਲੱਗਦਾ ਕਿ ਦੇਰ ਆਰ ਲੋਟ ਆਫ ਥਿੰਗਸ, ਹਾਲੇ ਮੈਂ ਬਹੁਤ ਕੁਛ ਕਰਨਾ, ਬਹੁਤ ਕੁਛ, ਔਰ ਮੈਂ ਬਹੁਤ ਕੁਛ ਕਰਨ ਵਾਲਾ, ਬਹੁਤ ਜ਼ਿਆਦਾ। ਮੇਰਾ ਆਉਣ ਵਾਲੇ ਟਾਈਮ 'ਚ ਦ ਟਾਈਪ ਆਫ ਮਿਊਜ਼ਿਕ ਐਂਡ ਦ ਟਾਈਪ ਆਫ ਕੌਨਸਰਟ ਜੋ ਮੈਂ ਕਰਨ ਜਾ ਰਿਹਾ ਉਹ ਸਭ ਕੁਛ ਚੇਂਜ ਕਰ ਦੇਗਾ, ਇਹ ਮੈਂ ਸੱਚੀ ਬੋਲ ਰਿਹਾ। ਮੈਂ ਬਹੁਤ ਵੱਡੀ, ਹੁਣ ਬਾਕੀ ਉਹ ਕਰਾਉਣ ਵਾਲਾ ਬੈਠਾ, ਫੇਲ ਹੋ ਗਏ ਅਤੇ ਉਹ ਵੀ ਉਹਦੇ ਹੱਥ 'ਚ ਹੈ, ਚੱਲਿਆ ਤਾਂ ਉਹਦੇ ਹੱਥ 'ਚ। ਮੈਨੂੰ ਲੱਗਦਾ ਕਿ ਚਲੋ ਮੈਂ ਸੈਟਿਸਫਾਈ ਨਹੀਂ ਹੁੰਦਾ ਕਦੀ ਵੀ ਨਹੀਂ। ਓਕੇ ਭਾਅ ਜੀ, ਇੱਕ ਭਾਅ ਜੀ ਹਰੇਕ ਬੰਦੇ ਦੀ ਜ਼ਿੰਦਗੀ 'ਚ ਇੱਕ ਇਹੋ ਜਿਹਾ ਦੋਸਤ ਜਾਂ ਕੋਈ ਵੀ ਮੈਂਬਰ ਹੁੰਦਾ ਹੈ ਜੋ ਤੁਹਾਡੇ ਡਾਰਕ ਟਾਈਮ 'ਚ ਤੁਹਾਡੇ ਲਈ ਆਸ਼ਾ ਦੀ ਕਿਰਨ ਬਣ ਕੇ ਆਉਂਦਾ, ਤੁਹਾਡੇ ਜ਼ਿੰਦਗੀ 'ਚ ਉਹ ਇਨਸਾਨ ਕੌਣ ਹੈ? ਸਰ ਅਭੀ ਤੋ ਮਤਲਬ ਕਿ ਭਗਵਾਨ ਕੀ ਕਿਰਪਾ ਹੈ ਕਿ ਐਸਾ ਡਾਰਕ ਟਾਈਮ ਨਾ ਹੀ ਆਏਗਾ। ਨਹੀਂ ਪਰ ਜਦੋਂ ਵੀ ਮੰਨ ਲਓ ਮੂਡ ਵੀ ਖਰਾਬ ਹੈ ਤਾਂ ਵੀ ਕੋਈ ਇੱਕ ਬੰਦਾ ਹੁੰਦਾ ਨਾ ਕਿ ਯਾਰ ਦੇਖੋ ਦੈਟਸ, ਉਹ ਮੈਂ ਸਿਰਫ ਫਿਰ ਜਿੱਥੇ ਮਤਲਬ ਮੈਨੂੰ ਲੱਗਦਾ ਦੈਟਸ ਮਾਈ ਵਾਈਫ ਮੇਰਾ, ਐਂਡ ਮੈਨੂੰ ਲੱਗਦਾ ਕਿ ਮੇਰੀ ਲਾਈਫ ਦਾ ਜੇ ਟਰਨ, ਲੇਡੀ ਲੱਕ ਇੱਕ ਬਹੁਤ ਵੱਡੀ ਚੀਜ਼ ਹੈ ਸਰ, ਮੈਂ ਤੁਹਾਨੂੰ ਇਹ ਸਿੱਧਾ ਬੋਲ ਰਿਹਾ, ਬਹੁਤ ਵੱਡੀ ਚੀਜ਼ ਹੈ, ਉਸ ਤੋਂ ਬਾਅਦ ਤੁਹਾਡੀ ਮਿਹਨਤ ਵੀ ਹੈ, ਬਟ ਇੱਕ ਅਗਰ ਭਗਵਾਨ ਨੇ ਆਪਕੋ ਅੱਛੀ ਬੀਵੀ ਦੇ ਦੀ ਹੈ ਤੋ ਆਪ ਗੰਗਾ ਨਾ ਆਇਆ ਬਸ, ਐਂਡ ਆਈ ਐਮ ਬਲੈਸਡ ਟੂ ਹੈਵ ਹਰ, ਔਰ ਮੇਰੇ ਕੋ ਪਤਾ ਕਿ ਜਾਂ ਕੋਈ ਨਹੀਂ ਹੋਊਗਾ ਵਾਂ ਤੋ ਵੋ ਹੋਗੀ 100%, ਪਰ ਮੈਨੂੰ ਲੱਗਦਾ ਸਾਰੇ ਹੀ ਹੋਣਗੇ, ਐਵਰੀ ਵਨ ਲਵਸ ਮੀ ਐਂਡ ਬਲੈਸਡ ਦੈਟ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰੇ ਨਾਲ ਇੰਟਰਵਿਊ ਕਰਕੇ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਭਾਅ ਜੀ। ਓਕੇ, ਬਹੁਤ ਜ਼ਿਆਦਾ, ਕਿਉਂਕਿ ਆਪਾਂ ਬਹੁਤ ਟਾਈਮ ਬਾਅਦ ਮਿਲੇ ਹਾਂ ਅਤੇ ਇੰਨੀਆਂ ਗੱਲਾਂ ਹੋਈਆਂ। ਸੋ ਇਹ ਸ਼ੋਅ ਨੇ ਇਹ ਬੜਾ ਮੈਂ ਬਲੈਸਡ ਫੀਲ ਕਰਦਾ ਕਿ ਕਈ ਜਣਿਆਂ ਨੂੰ ਮੈਂ ਕਾਫੀ ਟਾਈਮ ਤੋਂ ਬਾਅਦ ਮਿਲਿਆ। ਤੁਹਾਡੀ ਜਗ੍ਹਾ ਕੋਈ ਹੋਰ ਕਰ ਰਿਹਾ ਹੁੰਦਾ ਨੂੰ ਹੋਸਟ, ਮੈਂ ਕਦੀ ਲਾਈਫ 'ਚ ਨਹੀਂ ਕਰਨਾ ਸੀਗਾ, ਯੂ ਨੋ ਦੈਟ। ਥੈਂਕ ਯੂ, ਥੈਂਕ ਯੂ। ਬਟ ਦ ਮੂਮੈਂਟ ਤੁਸੀਂ ਮੈਨੂੰ ਕਿਹਾ ਵੀ ਆਪਾਂ ਕਰਨਾ, ਇਹ ਸਿਰਫ ਤੁਹਾਡੇ ਕਰਕੇ, ਅਦਰਵਾਈਜ਼ ਕੋਈ ਵੀ ਕਰ ਰਿਹਾ ਹੁੰਦਾ ਤਾਂ ਮੈਂ ਨਾ ਕਰਦਾ। ਥੈਂਕ ਯੂ ਭਾਅ ਜੀ, ਥੈਂਕ ਯੂ। ਅਤੇ ਆਸ਼ਾ ਕਿਰਨ IVF ਵੱਲੋਂ ਭਾਅ ਜੀ ਤੁਹਾਡੇ ਲਈ ਇੱਕ ਗਿਫਟ ਹੈਂਪਰ। ਥੈਂਕ ਯੂ। ਅਤੇ ਥੈਂਕ ਯੂ ਭਾਅ ਜੀ ਸ਼ੋਅ 'ਚ ਆਉਣ ਲਈ, ਅਤੇ ਤੁਹਾਨੂੰ ਇੰਨੇ ਟਾਈਮ ਬਾਅਦ ਮਿਲ ਕੇ ਉਹ ਤੁਹਾਡਾ ਇਹ ਰੂਪ ਦੇਖ ਕੇ, ਹੈ ਨਾ, ਕਿਉਂਕਿ ਬਹੁਤ ਚੰਗਾ ਲੱਗਿਆ ਭਾਅ ਜੀ ਕਿ ਮੈਂ ਬਹੁਤ ਮਤਲਬ ਆਪਾਂ ਬਚਪਨ ਤੋਂ ਦੇਖਦੇ ਆਏ ਹਾਂ ਲੋਕਾਂ ਨੂੰ, ਹੈ ਨਾ, ਕਿੰਨੇ ਕਿੰਨੇ ਵੱਡੇ ਬੋਲੀਵੁੱਡ 'ਚ ਉੱਥੇ ਕਹਾਣੀਆਂ ਸੁਣਦੇ ਹਾਂ ਕਿ ਯਾਰ ਇਹ ਜਦੋਂ ਸਟਾਰ ਸੀ ਤਾਂ ਇਹਦੇ ਰੱਬ ਚੇਤੇ ਨਹੀਂ ਸੀ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਹੈ ਨਾ। ਸੋ
ਤੁਸੀਂ ਜਿੰਨੇ ਵੱਡੇ ਹੋਏ ਤੁਸੀਂ ਓਨੇ ਚੁੱਕੇ ਹੋ, ਤੁਸੀਂ ਓਨਾ ਸਰੈਂਡਰ ਕੀਤਾ ਅਤੇ ਪਰਮਾਤਮਾ ਤੁਹਾਨੂੰ ਐਂ ਰੱਖੇ, ਜਿੰਨਾ ਤੁਸੀਂ ਤਾਂ ਨੂੰ ਜਾਓ ਓਨਾ ਤੁਸੀਂ ਉਹਦੇ ਨੇੜੇ ਜਾਓ। ਸਟੇ ਬਲੈਸਡ ਭਾਜੀ, ਥੈਂਕ ਯੂ ਸੋ ਮਚ। ਚਲੋ ਜੀ, ਸਤਿ ਸ਼੍ਰੀ ਅਕਾਲ ਜੀ। ਯਾਰ ਤੂੰ ਨਾ ਗਾਣਾ ਬੜਾ ਕਮਾਲ ਗਾਇਆ ਬਈ, ਵੀ ਮੈਂ ਤਾਂ ਪਾਗਲ ਹੋ ਗਿਆ ਗਾਣਾ ਸੁਣ ਕੇ। ਔਰ ਮੈਨੂੰ ਲੱਗਦਾ ਕਿ ਇਹ ਨਾ ਮੇਰੇ ਕਰੀਅਰ ਦਾ ਸਭ ਤੋਂ ਬੈਸਟ ਗਾਣਾ ਬਣੇਗਾ। ਅਤੇ ਮੈਂ ਕਿਹਾ ਸਰ ਕੌਣ ਬੋਲ ਰਿਹਾ ਆਪ ਸਰ? ਕਿਹਾ ਮੈਂ ਅਕਸ਼ੇ ਕੁਮਾਰ ਬੋਲ ਰਿਹਾ ਹਾਂ ਯਾਰ। ਮੈਂ ਜਾਨੀ ਭਾਈ ਕਹਿ ਰਿਹਾ ਭਾਈ ਆਪਾਂ ਸਾਰੇ ਇੱਕ ਰੂਮ 'ਚ ਸੀਗੇ ਦੁਬਈ ਸ਼ੂਟ ਕਰ। ਕਿਹਾ ਦੇਖੋ ਮੈਂ ਲਾਊਡ ਸਪੀਕਰ ਔਨ ਕੀਤਾ, ਅਕਸ਼ੇ ਕੁਮਾਰ ਫੋਨ ਕਰ ਰਿਹਾ ਬਈ। ਤੁਹਾਡੀ ਲਾਈਫ 'ਚ ਇੱਕ ਪੈਟਰਨ ਵਾਰ ਵਾਰ ਕੋਮਨ ਦੇਖਣ ਨੂੰ ਮਿਲਦਾ ਕਿ ਕਦੇ ਵੀ ਨਾ ਪੂਰੀ ਤਰੀਕੇ ਨਾਲ ਉਡਾਨ ਨਹੀਂ ਭਰੇਗੀ, ਉਹ ਥੋੜ੍ਹਾ ਜਿਹਾ ਹੁੰਦਾ, ਕੋਈ ਫਿਰ ਕੁਛ ਹੋ ਜਾਂਦਾ, ਫਿਰ ਹੁੰਦਾ, ਫਿਰ ਹੁੰਦਾ। ਜਿਹੜੇ ਚੀਜ਼ ਚੱਲੀਆਂ ਉਹਨਾਂ ਲਈ ਵੀ ਐਫਰਟ ਆਪਣੇ ਵੱਲੋਂ ਸੱਚਾ ਹੋ ਕੇ ਮਾਰਿਆ। ਜਿਹੜੇ ਨਹੀਂ ਆਪਣੇ ਗਾਣੇ ਜਾਂ ਫਿਲਮਾਂ ਕੋਈ ਨਹੀਂ ਵਰਕ ਕਰਦੀਆਂ ਉਹਨਾਂ ਲਈ ਵੀ ਮੈਂ ਆਪਣੇ ਵੱਲੋਂ ਜਿੰਨਾ ਕਰ ਸਕਦਾ ਸੀ ਉਹਨਾਂ ਮੈਂ ਐਫਰਟ ਮਾਰਿਆ। ਉਹ ਇੱਕ ਸ਼ੇਰ ਨੀਗਾ ਕਹਿੰਦਾ, ਯੇ ਕਿਆ ਉਠਾਏ ਕਦਮ ਔਰ ਆ ਗਈ ਮੰਜ਼ਿਲ, ਮਜ਼ਾ ਤੋ ਤਬ ਹੈ ਕਿ ਪੈਰੋਂ ਮੈਂ ਥੋੜ੍ਹੀ ਥਕਾਨ ਰਹੇ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ, ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।